ਸਤਨਾਮ ਵਾਹਿਗੁਰੂ ਸਾਹਿਬ ਜੀਓ ਪੌੜੀ ਤੂੰ ਸਾਹਿਬ ਆਗਮ ਦਿਆਲ ਹੈ ਵੱਡਦਾਤਾ ਦਾਣਾ ਤੁਦ ਜੇਵਡ ਮੈਂ ਹੋਰ ਕੋ ਦਿਸ ਨਾ ਆਵਈ ਤੂੰ ਹੈ ਸੁਗੜ ਮੇਰੇ ਮਨ ਪਹਾਣਾ ਤੂੰ ਸਾਹਿਬ ਆਗਮ ਦਿਆਲ ਹੈ ਵੱਡਦਾਤਾ ਦਾਣਾ ਤੁਦ ਜੇਵਡ ਮੈਂ ਹੋਰ ਨਾ ਹੋਰ ਕੋ ਦਿਸ ਨਾ ਆਵਈ ਤੂੰ ਹੈ ਸੁਗੜ ਮੇਰੇ ਮਨ ਪਾਣਾ ਮੋਹ ਕੁਟੰਬ ਦਿਸ ਆਵਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੁਰਤ ਚਿਤ ਲਾਏਂਦੇ ਸੇ ਕੁੜਿਆਰ ਕੂੜਾ ਤਿਨ ਮਾਣਾ ਨਾਨਕ ਸੱਚ ਤੇ ਆਏ ਤੂੰ ਬਿਨ ਸੱਚੇ ਪਚ ਪਚ ਮੂਏ ਅਜਾਣਾ ਜੋ ਬਿਨ ਸੱਚੇ ਹੁਰਤ ਚਿਤ ਲਾਏਂਦੇ ਸੇ ਕੁੜਿਆਰ ਕੂੜਾ ਤਿਨ ਮਾਣਾ ਨਾਨਕ ਸੱਚ ਤੇ ਆਏ ਤੂੰ ਬਿਨ ਸੱਚੇ ਪਚ ਪਚ ਮੂਏ ਅਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਦੇ ਹਜ਼ੂਰ ਸਤਸੰਗਤ ਦਾ ਸਮਾਂ ਮਾਣ ਪਾ ਰਹੇ ਹਾਂ ਵਡਭਾਗੀ ਹਾਂ ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਗੌੜੀ ਰਾਗ ਦੀ ਰਚਨਾ ਵਾਰ ਸਰੂਪ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਵਾਜਿਸ਼ ਅਸੀਂ ਵਿਚਾਰ ਪਾ ਰਹੇ ਹਾਂ ਇਸ ਪਾਵਨ ਲੜੀ ਵਿੱਚੋਂ ਆਪ ਜੀ ਨੇ 10 ਨੰਬਰ ਪੌੜੀ ਦਾ ਪਾਠ ਸਰੋਤ ਪਾਇਆ ਹੈ ਇਹਦੇ ਨਾਲ ਲੱਗਦੇ 2 ਸਲੋਕ ਸੀ ਬੀਤੇ ਵਿੱਚ ਅਸੀਂ ਬੜੀ ਡਿਟੇਲਡ ਵੇ ਦੇ ਨਾਲ ਬਾਬਾ ਜੀ ਦੀ ਬਖਸ਼ਿਸ਼ ਨਾਲ ਵਿਚਾਰੇ ਵੈਸੇ ਅੱਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸੀਗਾ ਮੁੱਖ ਰੂਪ ਵਿੱਚ ਬਾਤ ਉਹਦੇ 'ਤੇ ਕਰਨੀ ਸੀ ਪਰ ਕਿਉਂਕਿ ਮੇਰੀ ਇਸ ਮਹੀਨੇ ਦੀ ਅੱਜ ਆਖਰੀ ਹਾਜ਼ਰੀ ਹੈ ਅਤੇ ਸ਼ਬਦ ਮੈਂ ਸ਼ੁਰੂ ਕੀਤਾ ਸੀਗਾ ਆਈ ਹੈਵ ਟੂ ਐਕਚੁਲੀ ਵਾਇੰਡ ਅਪ ਦੈਟ ਪੌੜੀ ਟੂ ਸੋ ਦੈਟਸ ਵਾਈ ਆਈ ਵਾਸ ਥਿੰਕਿੰਗ ਦੈਟਸ ਨੋਟ ਗੁੱਡ ਵੀ ਆਪਾਂ ਬਾਣੀ ਦੇ ਇਸ ਪਦੇ ਨੂੰ ਵਿਚਕਾਰ ਛੱਡ ਜਾਈਏ ਕਿਉਂਕਿ ਬੀਤੇ ਤੋਂ ਬਾਤ ਸ਼ੁਰੂ ਕੀਤੀ ਸੀ ਉਸਨੂੰ ਉਸ ਲੈਵਲ 'ਤੇ ਬਾਤ ਕੀਤੀ ਜਾਏ ਜਿਵੇਂ ਸਮੇਂ ਨੇ ਅਲਾਓ ਕੀਤਾ ਮਹਾਰਾਜ ਜੀ ਦੀ ਪਾਵਨ ਜੀਵਨ ਰਿਸ਼ਮਾ ਉਹਨਾਂ ਦੀਆਂ ਸਿੱਖਿਆਵਾਂ ਉਹਦੇ 'ਤੇ ਬਾਤ ਵੀ ਪਾਵਾਂਗੇ ਥੋੜ੍ਹੀ ਪਰ ਜੋ ਇਹ ਪੌੜੀ ਹੈ ਗੁਰੂ ਰਾਮਦਾਸ ਸਾਹਿਬ ਜਿਵੇਂ ਉਚਰਿਤ ਕਰ ਰਹੇ ਨੇ ਤੂੰ ਸਾਹਿਬ ਆਗਮ ਦਿਆਲ ਹੈ ਵੱਡਦਾਤਾ ਦਾਣਾ ਤੂੰ ਸਾਹਿਬ ਆਗਮ ਦਿਆਲ ਹੈ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ
ਇੱਥੇ ਨੌਰਥ ਅਮੈਰੀਕਨ ਜਿਹੜਾ ਸਾਡਾ ਲਾਈਫ ਸਟਾਈਲ ਆ, ਜਿਹੜਾ ਰਹਿਣ ਸਹਿਣ ਦਾ ਢੰਗ ਤਰੀਕਾ ਆ, ਜਾਂ ਢੰਗ ਤਰੀਕੇ ਤੋਂ ਵੱਧ ਕੇ ਵੀ ਜਿਹੜਾ ਸੋਚਣ ਦਾ ਢੰਗ ਤਰੀਕਾ ਆ, ਲਾਈਫ ਸਟਾਈਲ ਵਾਈਜ਼ ਡੈਫੀਨੇਟਲੀ ਪੀਪਲ ਯੂਜੂਲੀ ਸੇ ਵੀ ਹੈਵ ਆਵਰ ਓਨ ਕਾਇੰਡ ਆਫ ਇਰਾਨ ਹੇਅਰ, ਵੀ ਹੈਵ ਓਨ ਕਾਇੰਡ ਆਫ ਇਰਾਕ ਹੇਅਰ, ਵੀ ਹੈਵ ਓਨ ਕਾਇੰਡ ਆਫ ਅਫਗਾਨਿਸਤਾਨ, ਵੀ ਓਨ ਕਾਇੰਡ ਆਫ ਪੰਜਾਬ, ਵੀ ਆਰ ਓਨ ਕੈਰਿੰਗ ਆਵਰ ਓਨ ਕਾਇੰਡ ਆਫ, ਯੂ ਨੋ ਦੈਟਸ ਵਾਈ ਪੀਪਲ ਸੇ ਇਟਸ ਏ ਮੋਜ਼ੈਕ, ਸੋ ਐਵਰੀ ਵਨ ਹੈਵ ਸਮ ਸੋਰਟ ਆਫ ਦੇਰ ਓਨ ਕਲਰ ਇਨ ਨੌਰਥ ਅਮੈਰੀਕਾ, ਈਵਨ ਦੋ ਦੇ ਆਰ ਲਿਵਿੰਗ ਇਨ ਨੌਰਥ ਅਮੈਰੀਕਾ, ਬਟ ਐਟ ਦ ਸੇਮ ਟਾਈਮ ਦੇ ਆਰ ਲਿਵਿੰਗ ਇਨ ਦੇ ਓਰ ਕਾਇੰਡ ਓਨ ਕਾਇੰਡ ਆਫ ਕਲਚਰ। ਪਰ ਉਹਦੇ ਨਾਲ ਇੱਕ ਚੀਜ਼ ਇਹ ਵੀ ਹੈ ਕਿ ਸਾਡਾ ਜਿਹੜਾ ਸੋਚਣ ਦਾ ਢੰਗ ਤਰੀਕਾ ਆ ਉਹ ਆਲਮੋਸਟ ਗਾਲਬਨ ਇੱਕ ਜਿਹਾ, ਖਾਸ ਕਰਕੇ ਜਿਹੜੀ ਸੈਕਿੰਡ ਜਨਰੇਸ਼ਨ ਇੱਥੇ ਆਉਂਦੀ ਉਹਦੇ ਅੰਦਰ ਵੱਡੇ ਪੱਧਰ 'ਤੇ ਡਜ਼ਨ ਮੈਟਰ ਸਮਨ ਇਜ਼ ਕਲੇਮਿੰਗ ਆਮ ਫਰੋਮ ਚਾਈਨੀਜ਼ ਓਰੀਜਨ, ਸਮਨ ਇਜ਼ ਕਲੇਮਿੰਗ ਆਮ ਸਾਊਥ ਏਸ਼ੀਅਨ ਓਰੀਜਨ, ਸਮਨ ਇਜ਼ ਕਲੇਮਿੰਗ ਆਮ ਅਫਰੀਕਨ ਓਰੀਜਨ, ਬਟ ਜੋ ਤੁਸੀਂ ਉਹਨਾਂ ਦੀ ਗੱਲਬਾਤ ਸੁਣਦੇ ਹੋ ਤਾਂ ਮੋਸਟਲੀ ਦੇ ਆਰ ਔਨ ਦਾ ਸੇਮ ਪੇਜ। ਉਹਦੇ 'ਚ ਇੱਕ ਚੀਜ਼ ਇਹ ਵੀ ਹੈ ਕਿ ਵੀ ਆਰ ਏਥੀਐਸਟ, ਇਹ ਪ੍ਰਾਊਡਲੀ ਇੱਥੇ ਇਸ ਕਲਚਰ ਦਾ ਹਿੱਸਾ ਮੰਨਿਆ ਜਾਂਦਾ, ਵੀ ਆਰ ਏਥੀਐਸਟ, ਵੀ ਡੋਂਟ ਹੈਵ ਐਨੀ ਬਿਲੀਵ, ਵੀ ਡੋਂਟ ਬਿਲੀਵ ਇਨ ਐਨੀਥਿੰਗ, ਵੀ ਰਿਸਪੈਕਟ ਐਵਰੀਥਿੰਗ, ਬਟ ਐਟ ਦ ਸੇਮ ਟਾਈਮ ਵੀ ਡੋਂਟ ਫੋਲੋ ਐਨੀਥਿੰਗ, ਇਹ ਬਾਤ ਕੀਤੀ ਜਾਂਦੀ ਹੈ। ਇਹਦਾ ਜਿਵੇਂ ਮੈਂ ਪਲੇਨ ਇੰਗਲਿਸ਼ 'ਚ ਕਿਹਾ ਆ, ਇਹ ਤਾਂ ਬਾਤ ਐਵੇਂ ਬਣ ਗਈ, ਠੀਕ ਆ। ਜਦੋਂ ਇਸੇ ਚੀਜ਼ ਨੂੰ ਬੱਚੇ ਥੋੜ੍ਹੀ ਪੰਜਾਬੀ ਦੇ ਵਿੱਚ ਸਾਡੀ ਭਾਸ਼ਾ 'ਚ ਬਾਤ ਕਰਦੇ ਨੇ ਕਿ ਮੈਂ ਨਹੀਂ ਮੰਨਦਾ ਕਿਸੇ ਚੀਜ਼ ਨੂੰ, ਮੈਂ ਨਹੀਂ ਮੰਨਦਾ ਰੱਬ ਨੂੰ, ਹੁਣ ਇਹ ਚੀਜ਼ ਜਿਹੜਾ ਪੰਜਾਬ ਤੋਂ ਆਇਆ ਸਾਡਾ ਤਬਕਾ ਆਇਆ, ਸਾਡੇ ਖਾਸ ਕਰਕੇ ਜਿਹੜੇ ਫਸਟ ਜਨਰੇਸ਼ਨ ਦੇ ਲੋਕ ਨੇ ਉਹਨਾਂ ਦਾ ਇੱਕਦਮ ਦਿਲ ਕੰਬ ਜਾਂਦਾ ਹੈ ਕਿ ਕਹਿ ਰਿਹਾ ਇਹ, ਕਿਵੇਂ ਦੀ ਗੱਲ ਕਰਦਾ ਆ। ਮੈਂ ਗੁਰਦੁਆਰੇ ਜਾਵਾਂਗਾ ਪਰ ਮੈਂ ਗੁਰਦੁਆਰੇ ਨੂੰ ਮੰਨਦਾ ਨਹੀਂ ਗਾ, ਹੁਣ ਉਹਨੂੰ ਲੱਗਦਾ ਵੀ ਆਹ ਤਾਂ ਬੜੀ ਵੱਡੀ ਗੱਲ ਕਹਿਤੀ ਇਹਨੇ, ਐਵੇਂ ਨਹੀਂ ਕਹੀਦਾ ਪਾਪ ਲੱਗੇਗਾ, ਇਹ ਸਾਰੀ ਬਾਤ ਉਸ ਰੂਪ ਦੇ ਵਿੱਚ। ਆਪਾਂ ਗੁਰਬਾਣੀ ਨੂੰ ਜਦੋਂ ਬੜੇ ਗੌਰ ਨਾਲ ਪੜ੍ਹੀਏ ਤਾਂ ਬਾਬਾ ਜੀ ਜਿਹੜੀ ਬਾਤ ਕਰ ਰਹੇ ਨੇ, ਜੇ ਇਹ ਬਾਤ ਉਹਨਾਂ ਬੱਚਿਆਂ ਤੱਕ ਪਹੁੰਚਦੀ ਹੋ ਜਾਏ, ਕਿਉਂਕਿ ਜਿਹੜਾ ਰੱਬ ਦਾ ਗੋਡ ਲੋਰਡ ਜੋ ਤੁਸੀਂ ਨਾਮ ਲੈ ਲਵੋ ਉਹਦਾ ਤਸੱਵਰ ਅਸੀਂ ਰੱਖਦੇ ਹਾਂ, ਈਵਨ ਵਾਹਿਗੁਰੂ ਦਾ ਤਸੱਵਰ ਅਸੀਂ ਲੈ ਲਈਏ, ਬਾਬਾ ਜੀ ਦੀ ਬਾਣੀ ਉਸਨੂੰ ਬੜੇ ਓਪਨਲੀ ਬਿਆਨ ਕਰਦੀ ਹੈ ਅਤੇ ਬੜੇ ਇਸ ਤਰੀਕੇ ਨਾਲ ਬਿਆਨ ਕਰਦੀ ਤਾਂ ਕਿ ਅਸੀਂ ਉਹਦੇ ਨਾਲ ਆਤਮਸਾਤ ਹੋ ਸਕੀਏ। ਮੈਂ ਗੱਲ ਕਰਾਂ ਰੱਬ ਦੀ ਪਰ ਮੇਰੀ ਸੁਰਤ 'ਚ ਉਹਦਾ ਕੋਈ ਅਹਿਸਾਸ ਨਹੀਂ ਗਾ। ਇਹਨੂੰ ਮਹਾਰਾਜ ਕਹਿੰਦੇ ਹਰ ਹਰ ਕਰੈ ਨਿਤ ਕਪਟ ਕਮਾਵੇਂ ਹਿਰਦਾ ਸੁੱਧ ਨਾ ਹੋਈ। ਐਵੇਂ ਨਹੀਂ ਬਾਤ ਬਣਨੀ, ਬਾਤ ਕਿਵੇਂ ਬਣੇਗੀ ਜਦੋਂ ਮੈਂ ਉਸ ਬਾਬਤ ਆਪਣੇ ਆਪ ਨੂੰ ਬਿਲਕੁਲ ਉਸ ਲਹਿਜ਼ੇ 'ਤੇ ਲੈ ਕੇ ਆਵਾਂਗਾ। ਮਹਾਰਾਜ ਕਹਿੰਦੇ ਜਦੋਂ ਲਹਿਜ਼ੇ 'ਤੇ ਲੈ ਕੇ ਆਏਗਾ ਉਹਦੀ ਕੋਈ ਸ਼ਕਲ, ਉਹਦੀ ਕੋਈ ਸੂਰਤ ਕੁਛ ਤਾਂ ਬਣਾਏਗਾ ਨਾ। ਬਾਬਾ ਜੀ ਕਹਿੰਦੇ ਕੋਈ ਸ਼ਕਲ ਸੂਰਤ ਨਹੀਂ ਉਹਦੀ। ਹੁਣ ਇੱਥੇ ਜਿਹੜਾ ਅੱਜ ਦਾ ਬਚਨ ਆ ਰਿਹਾ ਹੈ, ਦੇਖੋ ਬੜੇ ਧਿਆਨ ਦੇ ਨਾਲ ਸੁਣਨਾ ਇਸ ਚੀਜ਼ ਨੂੰ। ਤੂੰ ਸਾਹਿਬ ਅਗੰਮ ਦਇਆਲ ਹੈ, ਤੂੰ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਵਾਹਿਗੁਰੂ ਜੀ। ਫਿਰ ਮੈਂ ਕਿਵੇਂ ਸਮਝਾਂ ਤੂੰ ਹੈ? ਬਾਬਾ ਜੀ ਕਹਿੰਦੇ ਇਸ ਤਰ੍ਹਾਂ ਹੈ, ਦਇਆਲ ਹੈ, ਦਇਆਲ, ਦਇਆ ਦਾ ਸੋਮਾ ਹੈ, ਤਰਸ ਦਾ ਸੋਮਾ ਹੈ। ਮੈਂ ਬੀਤੇ ਜੀ ਬਾਤ ਕੀਤੀ ਸੀ, ਸਾਡੇ ਵੀਰ ਜੀ ਹੈਗੇ ਨੇ ਅਤੇ ਉਹ ਕਹਿੰਦੇ ਮੈਨੂੰ ਉਸ ਦਿਨ, ਕਹਿੰਦੇ ਮੈਂ ਤੁਹਾਡੀ ਕਥਾ ਨੂੰ ਆਪਣੀ ਥੈਰੇਪੀ 'ਚ ਟਰਾਂਸਲੇਟ ਕਰਕੇ ਯੂਜ਼ ਕੀਤਾ। ਮੈਂ ਕਿਹਾ ਜੀ ਮੈਨੂੰ ਵੀ ਦੱਸ ਦਿਓ। ਅਤੇ ਕਹਿੰਦੇ ਗੱਲ ਇਹ ਹੋਈ ਕਿ ਅੱਜ ਇੱਕ ਬੱਚਾ ਸੀਗਾ ਅਤੇ ਉਹ ਵਾਈਟ ਕਮਿਊਨਿਟੀ 'ਚੋਂ ਸੀਗਾ ਡੈਫੀਨੇਟਲੀ, ਅਤੇ ਉਹ ਆਇਆ ਅਤੇ ਫੈਮਿਲੀ ਉਹਨੂੰ ਕਹਿ ਕੇ ਲੈ ਕੇ ਆਈ ਕਿ ਕੁਛ ਇਸ਼ੂਸ ਚੱਲ ਰਹੇ ਸੀ ਉਹਦੇ ਬਿਹੇਵੀਅਰ ਦੇ ਰਿਲੇਟਡ ਹੋਰ ਰੂਪ ਦੇ ਵਿੱਚ। ਵੀ ਵੈਰੀ ਗੋਡਲੀ ਕਾਇੰਡ ਆਫ ਪਰਸਨ ਐਕਚੁਲੀ, ਵੀ ਵਾਂਟ ਟੂ ਐਕਚੁਲੀ ਯੂ ਸ਼ੁੱਡ ਮੀਟ ਦੈਟ ਇੰਡੀਵਿਜੁਅਲ, ਇਜ਼ ਵੈਰੀ ਗੋਡਲੀ ਪਰਸਨ, ਵੈਰੀ ਸੇਂਟ ਕਾਇੰਡ ਆਫ ਪਰਸਨੈਲਿਟੀ।
ਅਤੇ ਉਹ ਕਹਿੰਦੇ ਮੇਰੇ ਕੋਲ ਆਇਆ ਅਤੇ ਜਦੋਂ ਆਇਆ ਅਤੇ ਆ ਕੇ ਬੈਠੇ ਅਤੇ ਪਹਿਲਾ ਸਵਾਲ ਹੀ ਉਹਨੇ ਪੁੱਛਿਆ ਮੈਨੂੰ, ਡੂ ਯੂ ਬਿਲੀਵ ਇਨ ਗੋਡ? ਮੈਂ ਕਿਹਾ ਵੀ ਇਫ ਯੂ ਆਰ ਆਸਕਿੰਗ ਵੈਰੀ ਸਟ੍ਰੇਟ ਫਾਰਵਰਡ ਵੈਰੀ ਸਬਜੈਕਟਿਵ ਕੁਐਸਚਨ ਟੂ ਮੀ, ਮਾਈ ਆਂਸਰ ਇਜ਼ ਯੈਸ, ਓਕੇ. ਕਹਿੰਦੇ ਮਾਈ ਫੈਮਿਲੀ ਵਾਜ਼ ਆਲਸੋ ਮੈਂਸ਼ਨਿੰਗ ਇਟ. ਸੋ ਮਾਈ ਨੈਕਸਟ ਕੁਐਸਚਨ ਇਜ਼, ਹੈਵ ਯੂ ਸੀਨ ਗੋਡ? ਕਹਿੰਦੇ ਵੀ ਦੈਟ ਇਜ਼ ਨੋਟ ਏ ਸਬਜੈਕਟਿਵ ਕੁਐਸਚਨ, ਦੈਟ ਇਜ਼ ਵੈਰੀ ਕਾਇੰਡ ਆਫ ਯੂ ਕੈਨ ਸੇ ਵਾਸਟ ਕੁਐਸਚਨ. ਇਫ ਯੂ ਆਸਕ ਮੀ ਹੈਵ ਆਈ ਐਵਰ ਸੀਨ ਗੋਡ ਇਨ ਏ ਹਿਊਮਨ ਫਾਰਮ, ਇਨ ਅ ਸਪੈਸ਼ਲ ਫਾਰਮ, ਦੈਨ ਮਾਈ ਆਂਸਰ ਵੁੱਡ ਬੀ ਨੋ. ਬਟ ਇਫ ਯੂ ਆਸਕ ਮੀ ਹੈਵ ਆਈ ਐਵਰ ਐਕਸਪੀਰੀਅੰਸ ਗੋਡ, ਦੈਨ ਮਾਈ ਆਂਸਰ ਵੁੱਡ ਬੀ ਯੈਸ, ਈਚ ਐਂਡ ਐਵਰੀ ਮੂਮੈਂਟ, ਈਵਨ ਰਾਈਟ ਨਾਓ. ਵੈਨ ਵੀ ਆਰ ਕਮਿੰਗ ਇਨ ਸਾਈਡ, first you open door for me, and that was a very kind act, you were exercising it, and that time I realized right way, oh Vaheguru, you are in front of me. That kindness you're showing over there, that is Rabji's virtues, and you are exercising it, and I was witnessing it. That mean Vaheguru is here, aapan dono ne witness kita, kinna kind act ya, tu mere waste bua kholya, daya aya, ਇਹੀ ਕਾਇੰਡਨੈਸ ਆ, ਰੱਬ ਦਾ ਗੁਣ ਆ, ਤੂੰ ਐਕਸਰਸਾਈਜ਼ ਕਰ ਰਿਹਾ, ਮੈਂ ਉਹਦਾ ਬੈਨੀਫਿਟ ਲੈ ਰਿਹਾ, ਐਂਡ ਕਿਉਂਕਿ ਮੈਂ ਬੈਨੀਫਿਟ ਲੈ ਰਿਹਾ, ਮੈਂ ਉਹਦੇ ਵਾਸਤੇ ਥੈਂਕਸ ਕਰ ਰਿਹਾ, ਅਤੇ ਮੈਂ ਥੈਂਕਸ ਕਰਨ ਵਾਸਤੇ ਕਿਤੇ ਬਾਹਰ ਕਿਉਂ ਜਾਵਾਂਗਾ? ਜਿਸ ਰੂਪ ਦੇ ਵਿੱਚ ਉਹ ਐਕਟ ਕਰ ਰਿਹਾ, ਮੈਂ ਉਸੇ ਰੂਪ ਵਿੱਚ ਤੇਰਾ ਥੈਂਕਸ ਕਰ ਰਿਹਾ ਵਾਂ. ਇਨ ਏ ਵੇ ਵੀ ਆਰ ਬੋਥ ਓਨ ਦਾ ਸੇਮ ਪੇਜ, ਵੀ ਆਰ ਵਿਟਨੈਸਿੰਗ ਏ ਹਾਇਰ ਲੈਵਲ ਆਫ ਯੂ ਕੈਨ ਸੇ ਅਥੋਰਿਟੀ, ਐਂਡ ਦੈਟ ਇਜ਼ ਕਮਿੰਗ ਹੇਅਰ ਇਨ ਦਾ ਆਵਰ ਬਿਹੇਵੀਅਰ, ਇਨ ਆਵਰ ਐਕਸਰਸਾਈਜ਼ ਐਜ਼ ਏ ਵਰਚੂ. ਹੁਣ ਆਹ ਦਿਆਲ ਆ, ਇਹ ਅਹਿਸਾਸ ਕਿਤੇ ਬੰਦੇ ਨੂੰ ਆ ਜਾਏ. ਵਾਹਿਗੁਰੂ ਕਿੰਨੇ ਵੇਖੇ ਆਇਆ? ਬਾਬਾ ਜੀ ਕਹਿੰਦੇ ਜ਼ਰੇ ਜ਼ਰੇ 'ਚ ਮੌਜੂਦ ਆ. ਜਿੱਦਣ ਬੱਚਾ ਪੁੱਛਦਾ ਮਾਂ ਨੂੰ, ਯੂ ਆਲਵੇਜ਼ ਸੇ ਪ੍ਰੇ ਟੂ ਗੋਡ, ਪ੍ਰੇ ਟੂ ਗੋਡ, ਓਕੇ ਵੇਅਰ ਇਜ਼ ਗੋਡ, ਆਈ ਵਾਂਟ ਟੂ ਸੀ ਯੂਰ ਗੋਡ. ਹੁਣ ਮਾਂ ਦਾ ਜਵਾਬ ਕੀ ਹੋਏਗਾ? ਜੇ ਤਾਂ ਸਪੋਜ਼ ਕਰੋ ਮਾਂ ਕਹਿੰਦਾ ਫਾਦਰ ਮੇਰੇ ਵਰਗਾ ਫਾਦਰ ਖਿਜਿਆ ਉਸ ਰੂਪ ਦੇ ਵਿੱਚ, ਅਤੇ ਉਹ ਡੈਫੀਨੇਟਲੀ ਕਹੇਗਾ ਬਸ ਤੂੰ ਚੁਪਾ ਰਹਿ, ਬਹਿ ਜਾ, ਮੁੜ ਕੇ ਗੱਲ ਕਹੀ ਨਾ ਜਾਣਦਾ ਰਹੀਂ. ਅਤੇ ਇਹ ਵੀ ਹੋ ਸਕਦਾ ਆ ਜੇ ਕਿਤੇ ਵਾਕਿਆ 'ਚ ਹੀ ਵਾਹਿਗੁਰੂ ਨੇ ਕਿਤੇ ਤਰਸ ਕੀਤਾ ਸੁਰਤ ਦੇ ਵਿੱਚ, ਅਤੇ ਉਹ ਵਾਕਿਆ 'ਚ ਉਹਦੇ ਨਾਲ ਅਲਾਈਨ ਹੈਗੀ ਸੁਰਤ ਥੋੜ੍ਹੀ ਜਿਹੀ, ਅਤੇ ਉਹਦੇ ਚਿਹਰੇ ਨੂੰ ਐਵੇਂ ਹੱਥ 'ਚ ਪਕੜ ਕੇ ਕਹੇਗਾ ਵੀ ਯੂ ਨੋ ਆਈ ਕੈਨ ਸੀ ਯੂ, ਆਈ ਕੈਨ ਐਕਚੁਲੀ ਸ਼ੋਅ ਯੂ ਵਨ ਫੇਸ ਓਵਰ ਹੇਅਰ ਵਿਚ ਆਈ ਐਮ ਵਿਟਨੈਸਿੰਗ ਇਨ ਫਰੰਟ ਆਫ ਮੀ. ਯੂ ਆਰ ਐਕਚੁਲੀ ਸਾਈਨ ਆਫ ਵਾਹਿਗੁਰੂ ਇਜ਼ ਬਖਸ਼ਿਸ਼, ਆਈ ਕੈਨ ਵਿਟਨੈਸ ਓਵਰ ਹੇਅਰ, ਹੂ ਐਲਸ ਆਰ ਯੂ? ਆਈ ਗੈਟ ਯੂ ਐਜ਼ ਦਾ ਬਲੈਸਿੰਗ ਆਫ ਵਾਹਿਗੁਰੂ. ਇਨ ਏ ਵੇ ਇਸ ਰੂਪ ਦੇ ਵਿੱਚ ਜਿਹੜੀ ਬਾਤ ਆ, ਇਹ ਹੈ ਅਸਲ ਰੂਪ ਦੇ ਵਿੱਚ ਉਸ ਵਾਹਿਗੁਰੂ ਦਾ ਅਹਿਸਾਸ. ਅਦਰਵਾਈਜ਼ ਬੰਦਾ ਕਹੇ ਮੈਂ ਉਹਨੂੰ ਕੋਈ ਸਪੈਸ਼ਲ ਫਾਰਮ 'ਚ ਦੇਖਣਾ ਹੈ, ਪਕੜਨਾ ਹੈ, ਬਾਬਾ ਜੀ ਕਹਿੰਦੇ ਉਹ ਅਗੰਮ ਹੈ. ਉਸਨੂੰ ਵੇਖਣ ਵਿਖਾਉਣ ਦੇ ਇਸ ਚੱਕਰ ਦੇ 'ਚ ਲੋਕ ਬੌਲੇ ਹੋਏ, ਪਗਲੇ ਹੋਏ, ਕਮਲੇ ਹੋਏ, ਤੁਰੇ ਫਿਰਦੇ, ਇਸ ਨੂੰ ਇੱਕ ਦੀਵਾਨਾ ਬਣਿਆ. ਬਾਬਾ ਜੀ ਨੇ ਸੂਫੀ ਸਾਰੇ ਤੁਸੀਂ ਦੇਖ ਲਓ ਨੱਚਦੇ ਟੱਪਦੇ, ਇਸ ਕਿਸਮ ਦੇ ਲੋਕ ਤੁਹਾਨੂੰ ਮਿਲ ਜਾਣਗੇ. ਬਾਬਾ ਜੀ ਨੇ ਕਿਹਾ ਬਾਹਰ ਆਓ, ਇਹਦੇ ਤੋਂ ਧਰਤੀ 'ਤੇ ਵਿਚਰਨਾ ਹੈ. ਉਸ ਵਾਹਿਗੁਰੂ ਦਾ ਜਿਵੇਂ ਗੁਰੂ ਨਾਨਕ ਸਾਹਿਬ ਆਪਣੀ ਬਾਤ ਕਰਦੇ, ਮਹਾਰਾਜ ਨੂੰ ਜਦੋਂ ਬਿਆਨ ਕਰਦੇ ਨਾ ਆਪਣੇ ਸ਼ਬਦਾਂ ਦੇ ਜਵਾਬ 'ਚ, ਕਹਿੰਦੇ ਕੋਈ ਆਖ ਹੈ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖ ਹੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਕਿਉਂ ਹਾਂ ਹਰ ਬਿਨ ਅਵਰ ਨਾ ਜਾਣਾ. ਮੈਨੂੰ ਹਰੀ ਤੋਂ ਬਿਨਾਂ ਕੁਝ ਨਜ਼ਰ ਹੀ ਨਹੀਂ ਆਉਂਦਾ, ਮੈਨੂੰ ਹਰ ਪਾਸੇ ਹਰੀ ਦਿਸਦਾ ਆ, ਮੈਨੂੰ ਉਹਦਾ ਅਹਿਸਾਸ ਆ. ਸੋ ਉਸ ਰੂਪ ਵਿੱਚ ਹੈ ਅਗੰਮ, ਪਰ ਸਭ ਵਿੱਚ ਮੌਜੂਦਗੀ ਉਹਦੀ,
ਉਹਨੇ ਦੀ ਐਕਸਰਸਾਈਜ਼ ਆ ਛੋਟੇ ਜੈਕਟ ਦੀ ਮੈਂ ਗੱਲ ਕੀਤੀ, ਇੱਥੋਂ ਬਾਤ ਕਰ ਲਓ, ਵੱਡੇ ਪੱਧਰ 'ਤੇ ਆ ਜਾਓ। ਗੁਰੂ ਅਰਜਨ ਸਾਹਿਬ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ, ਧੰਨ ਗੁਰੂ ਅਰਜਨ ਸਾਹਿਬ ਸ੍ਰੀਖੀ ਰੂਹ, ਮਤਲਬ ਜਿਹਦੇ ਜਿਨ੍ਹਾਂ ਦੇ ਇੱਕ ਇੱਕ ਬੋਲ ਵਿੱਚ, ਇੱਕ ਇੱਕ ਅਮਲ ਵਿੱਚ, ਇੱਕ ਇੱਕ ਘਟਨਾ ਕ੍ਰਮ ਦੇ ਵਿੱਚ ਰੱਬ ਵਾਹਿਗੁਰੂ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਦੋਹਿਤਾ ਬਾਣੀ ਕਾ ਬੋਹਿਤਾ ਇਹ ਤਖੱਲਸ ਗੁਰੂ ਅਮਰਦਾਸ ਸਾਹਿਬ ਨੇ ਕਹਿੰਦੇ ਦਿੱਤਾ ਸੀ ਉਹਨਾਂ ਨੂੰ, ਬਾਣੀ ਦਾ ਜਹਾਜ਼ ਸੀਗੇ ਅਤੇ ਵਾਕਿਆ 'ਚ ਹੀ ਬਿਲਕੁਲ ਇਲਾਹੀ ਜਹਾਜ਼। ਆਪਾਂ ਇਤਿਹਾਸ ਪੜ੍ਹੀਏ ਅਤੇ ਸਾਨੂੰ ਕੁਛ ਚੀਜ਼ਾਂ ਨਜ਼ਰਿਆਬ ਹੋਣਗੀਆਂ, ਜਿਵੇਂ ਸਾਡਾ ਮਰਕਜ਼ੀ ਅਸਥਾਨ ਦਰਬਾਰ ਸਾਹਿਬ, ਆਪਾਂ ਉਹਨੂੰ ਜਾਂਦੇ ਹਾਂ ਜ਼ਿਆਰਤ ਕਰਨ ਵਾਸਤੇ, ਮਤਲਬ ਕਿਆ ਉਮਦਾ ਉਹਦੀ ਸਾਰੇ ਦੀ ਸਾਰੀ ਗੁਰੂ ਮਹਾਰਾਜ ਨੇ ਇਮਾਰਤ ਉਸਾਰੀ ਕਰਵਾਈ ਸਾਰੀ ਉਸ ਰੂਪ ਦੇ ਵਿੱਚ, ਜਿਹੜੀ ਇਮਾਰਤ ਅੱਜ ਅਸੀਂ ਵਿਟਨੈਸ ਕਰ ਰਹੇ ਹਾਂ, ਇਹਦੀ ਨੀਂਹ ਤਾਂ ਗੁਰੂ ਅਰਜਨ ਸਾਹਿਬ ਵਾਲੀ ਹੈ। ਜਿਹੜੀ ਉੱਪਰ ਵਾਲੀ ਇਮਾਰਤ ਆ, ਇਹ ਸਿੱਖ ਸਰਦਾਰਾਂ ਦੇ ਸਮੇਂ 'ਚ ਬਣੀ ਹੈ, ਮਿਸਲਾਂ ਦੇ ਦੌਰ ਦੇ ਵਿੱਚ, ਕਿਉਂਕਿ ਪਹਿਲੀ ਇਮਾਰਤ ਗੁਰੂ ਅਰਜਨ ਸਾਹਿਬ ਵਾਲੀ ਅਬਦਾਲੀ ਨੇ ਬਰੂਦ ਦਾ ਪਲੀਤਾ ਲਾ ਕੇ ਉੜਾ ਦਿੱਤੀ ਸੀ। ਉਹਦੀ ਉਸਾਰੀ ਗੁਰੂ ਮਹਾਰਾਜ ਜੀ ਦੇ ਪ੍ਰਤਾਪ ਸਦਕਾ, ਬਖਸ਼ਾ ਸਦਕਾ ਸਾਡੇ ਸਿੱਖ ਸਰਦਾਰਾਂ ਨੇ ਮਿਸਲਾਂ ਦੇ ਦੌਰ 'ਚ ਕਰਵਾਈ। ਉਸ ਤੋਂ ਬਾਅਦ ਜਿਹੜਾ ਉੱਤੇ ਉੱਤੇ ਸੋਨੇ ਦਾ ਪੱਤਰਾ ਲੱਗਾ ਹੈ, ਮਹਾਰਾਜਾ ਰਣਜੀਤ ਸਿੰਘ ਨੇ ਲਗਵਾਇਆ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਇਹ ਇਮਾਰਤ ਉਸ ਵਕਤ ਸੋਨੇ ਦੀ ਨਹੀਂ, ਸੰਗੇ ਮਰਮਰ ਦੀ ਬਣੀ ਸੀ। ਜੋ ਸੰਗੇ ਮਰਮਰ ਹੈ ਇਹ ਸੇਮ ਸੀਗਾ ਜਿਹੜਾ ਮਕਰਾਣੇ ਤੋਂ ਆਇਆ ਸੀਗਾ, ਜਿਹੜਾ ਬਾਅਦ ਦੇ ਵਿੱਚ ਸ਼ਾਹਜਹਾਂ ਨੇ, ਇਹ ਇਮਾਰਤ ਪੂਰੀ ਹੁੰਦੀ ਹੈ 1604 ਦੇ ਵਿੱਚ, ਅਤੇ ਗਾਲਬਨ 1628 ਤੋਂ ਬਾਅਦ ਸ਼ਾਹਜਹਾਂ ਦਾ ਸਮਾਂ ਬਣਦਾ ਹੈ, ਅਤੇ ਅਰਾਊਂਡ 35-40 ਦੇ ਨੇੜੇ ਜਿਹੜਾ ਤਾਜ ਮਹਿਲ ਦੀ ਅਸੀਂ ਉਸਾਰੀ ਦਾ ਸਾਰਾ ਕਾਰਗੁਜ਼ਾਰੀ ਦੇਖਦੇ ਹਾਂ, ਉਸੇ ਸਮੇਂ 'ਚ ਉੱਥੇ ਵੀ ਇਹ ਲੱਗਦਾ। ਜਦੋਂ ਅਸੀਂ ਤਾਜ ਮਹਿਲ ਨੂੰ ਦੇਖਦੇ ਹੋ, ਜਿਵੇਂ ਸਾਡੇ ਲੱਗਣ ਜੀ ਦੀ ਨਜ਼ਮ ਹੈ ਬੜੀ ਖੂਬਸੂਰਤ, ਕਦੀ ਆਪਨੇ ਪੜ੍ਹੀ ਸੁਣੀ ਹੋਏ, ਉਹ ਕਹਿੰਦੇ ਤਾਜ ਮਹਿਲਾਂ ਨੂੰ ਠੂੰਬਣੇ ਲੱਖ ਦਈਏ, ਪਣਕ ਉਹਦੀ ਫਿਰ ਵੀ ਸੱਖਣੀ ਹੈ, ਢੱਠੀ ਕੰਧ ਸਰਹੰਦ ਦੀ ਹਸ਼ਰ ਤਿਕਰ, ਪਰ ਉੱਚੀ ਪੱਗ ਸਦਾ ਕੌਮ ਦੀ ਰੱਖਣੀ ਹੈ। ਕਹਿੰਦੇ ਤੁਸੀਂ ਕੰਪੈਰੀਜ਼ਨ ਕਰਦੇ ਹੋ ਚੀਜ਼ਾਂ ਦਾ, ਕਦੀ ਦੇਖੋ ਤਾਂ ਸਹੀ, ਕੁਝ ਚੀਜ਼ਾਂ ਉਸਰ ਕੇ ਬਣ ਕੇ ਰਹਿ ਕੇ ਵੀ ਧਰਤੀ ਦੇ ਉੱਤੇ, ਉਹ ਧਰਤੀ ਦੇ ਆਪਣੀ ਹੋਣੀ ਦੀ ਕੁਝ ਹੋਰ ਚੀਜ਼ ਤਸਵੀਰ ਬਿਆਨ ਕਰਦੀਆਂ ਨੇ, ਕੁਝ ਚੀਜ਼ਾਂ ਢਹਿ ਵੀ ਜਾਂਦੀਆਂ ਨੇ ਪਰ ਢੱਠੀਆਂ ਹੋਈਆਂ ਵੀ ਉਹ ਬਹੁਤ ਵੱਡਾ ਇੱਕ ਸੰਦੇਸ਼ ਦੇ ਜਾਂਦੀਆਂ ਨੇ, ਜਿਵੇਂ ਸਰਹੰਦ ਦੀ ਕੰਧ ਦੀ ਗੱਲ ਕੀਤੀ ਗਈ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਸੇਮ ਉੱਥੋਂ ਮਟੀਰੀਅਲ ਆਇਆ ਮਕਰਾਣੇ ਤੋਂ ਸਾਰੇ ਰੂਪ ਦੇ ਵਿੱਚ, ਜਿਹੜਾ ਦਰਬਾਰ ਸਾਹਿਬ 'ਤੇ ਲੱਗਾ, ਮੁੜ ਕੇ ਹੋਰ ਅਤੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ 'ਤੇ ਲੱਗਾ, ਪਰ ਲੱਗਣ 'ਚ ਫਰਕ ਕਿੰਨਾ ਆ। ਦਰਬਾਰ ਸਾਹਿਬ ਦੇ ਬਾਬਤ ਅਸੀਂ ਸਾਰੇ ਜਾਣਦੇ ਹਾਂ, ਜਦੋਂ ਵੀ ਕਿਤੇ ਸੇਵਾ ਹੁੰਦੀ ਗਾਰ ਦੀ ਕਿਸੇ ਕਿਸਮ ਦੀ, ਉਹ ਦੂਰ ਤੱਕ ਸੰਗਤਾਂ ਖੜ੍ਹ ਜਾਂਦੀਆਂ, ਮਤਲਬ ਚੂਲੀ ਚੂਲੀ ਕਰਕੇ ਉਹਦੀ ਗਾਰ ਕੱਢ ਦਿੱਤੀ ਗਈ, ਸੇਵਾ ਕਰ ਦਿੱਤੀ ਗਈ। ਕਹਿੰਦੇ ਜਦੋਂ ਅਸੀਂ ਉਸਾਰੀ ਹੋ ਰਹੀ ਹੈ, ਉਸਾਰੀ ਦੇ ਵਿੱਚ ਵੀ ਐਵੇਂ ਹੋਇਆ ਸੀਗਾ, ਇਹ ਨਹੀਂ ਗਾ ਕਿ ਸਪੈਸੀਫਿਕਲੀ ਗੁਰੂ ਬਾਬਾ ਜੀ ਨੂੰ ਮਜ਼ਦੂਰ ਲਾਉਣੇ ਪਏ ਸਭ ਨਾ, ਮਹਾਰਾਜ ਦੇ ਵਾਸਤੇ ਕਤਾਰਾਂ ਬੰਨ੍ਹ ਕੇ ਲੋਕ, ਸੰਗਤਾਂ ਜਿਹੜੀਆਂ ਖੜੀਆਂ ਨੇ, ਜਿਹਨਾਂ ਕਿਹਾ ਸਾਨੂੰ ਇੱਕ ਤਸਲਾ ਮਿਲ ਜਾਵੇ, ਇੱਕ ਬਾਟਾ ਮਿਲ ਜਾਵੇ, ਇੱਕ ਦੋ ਇੱਟਾਂ ਚੁੱਕਣ ਵਾਸਤੇ ਮਿਲ ਜਾਣ, ਖੁਦਾਈ ਦੇ ਸਮੇਂ, ਵੈਸੇ ਵੀ ਸਮੇਂ, ਸਾਰੇ ਦੇ ਵਿੱਚ ਉਸ ਰੂਪ ਵਿੱਚ। ਖੈਰ, ਜਿਹੜੀ ਟੂਕ ਮਾਤਰ ਬੇਨਤੀ ਕਰਨ ਲੱਗਾ ਸੀਗਾ, ਜੇ ਅਸੀਂ ਸਾਰੇ ਨੂੰ ਦੇਖੀਏ ਤਾਂ ਇਹਦਾ ਕਾਰਨ ਕੀ ਬਣਦਾ ਆ? ਕਾਰਨ ਬਣਦਾ ਆ ਗੁਰੂ ਬਾਬਾ ਜੀ ਨੇ ਜਿਹੜਾ ਲੋਕ ਅਮਲ ਕੀਤਾ। ਮਹਾਰਾਜ ਜੀ ਨੇ ਜਦੋਂ ਗੁਰੂ ਅਰਜਨ ਸਾਹਿਬ ਦਾ ਦੌਰ ਪੜ੍ਹਦੇ ਹਾਂ ਤਾਂ ਉਹਦੇ 'ਚ ਹੁੰਦਾ ਕਿ ਪੰਜਾਬ ਵਿੱਚ ਅਕਾਲ ਪੈਂਦਾ, 4 ਚਪਰੇ ਡਰੋਟ ਦੀ ਕੰਡੀਸ਼ਨ ਬਣ ਜਾਂਦੀ ਹੈ, ਡਰੋਟ ਦੀ ਕੰਡੀਸ਼ਨ 'ਚ ਲੋਕ ਵਿਚਾਰੇ ਤੜਪ ਰਹੇ ਨੇ, ਕੋਈ ਹਾਲਤ ਨਹੀਂ ਗੀ। ਗਵਰਨਿੰਗ ਸਿਸਟਮ ਜਿਹੜਾ ਲੋਕਾਂ ਤੋਂ ਰੈਵਨਿਊ ਲੈਂਦਾ ਆ, ਇਕੱਠਾ ਕਰਦਾ, ਟੈਕਸ ਲੈਂਦਾ ਆ, ਮਾਮਲਾ ਲੈਂਦਾ ਆ, ਉਹ ਤਾਂ ਟੈਕਸ ਲੈਣ ਵਾਸਤੇ ਆ ਜਾਂਦਾ, ਜਦੋਂ ਲੋਕ ਮੁਸ਼ਕਿਲ 'ਚ ਨੇ ਉਦੋਂ ਕੋਈ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਦਾ, ਕਿਉਂਕਿ ਉਸ ਵਕਤ ਦਾ ਫਿਊਡਲ ਸਟਰਕਚਰ ਹੈ ਅਤੇ ਉਹਦੇ 'ਚ ਕੌਣ ਪੁੱਛੇਗਾ। ਲੋਕ ਵਿਚਾਰੇ ਤੜਪ ਰਹੇ, ਗੁਰੂ ਅਰਜਨ ਸਾਹਿਬ ਕੋਲ ਆਉਂਦੇ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜਗ੍ਹਾ ਜਗ੍ਹਾ ਲੰਗਰ ਲਾਏ, ਰਸਤਾਂ ਦਿੱਤੀਆਂ, ਸਭ ਚੀਜ਼ਾਂ, ਕਿਉਂਕਿ ਐਡਾ ਵੱਡਾ ਸਿੱਖ
ਕਮਿਊਨਿਟੀ ਦਾ ਗੁਰੂ ਬਾਬਾ ਜੀ ਨੇ ਇੱਕ ਸ਼ਿਰਾਜਾ ਵਿੱਢਿਆ ਸੀਗਾ। ਫਿਰ ਲੋਕਾਂ ਨੇ ਖੇਤੀ ਕਰਨੀ, ਖੇਤੀ ਵਾਸਤੇ ਗੁਰੂ ਬਾਬਾ ਜੀ ਨੇ ਛਿਹਰਟਾ ਖੂਹ ਇਸ ਗੱਲ ਦਾ ਸਿੰਬਲ ਆ, ਪ੍ਰਤੀਕ ਆ। ਮਹਾਰਾਜ ਕਹਿੰਦੇ ਕਿੰਨੀ ਦੇਰ ਤੁਸੀਂ ਜਿਹੜਾ ਹੈਗਾ ਬਰਸਾਤਾਂ ਦੇ ਇਹਦੇ 'ਤੇ ਡਿਪੈਂਡ ਕਰੋਗੇ, ਕੁਝ ਆਪਣੇ ਰਿਸੋਰਸਿਸ ਪੈਦਾ ਕਰੋ। ਮਹਾਰਾਜ ਕਿਵੇਂ ਪੈਦਾ ਕਰਾਂਗੇ? ਖੂਹ ਲਾਓ। ਬਾਬਾ ਜੀ ਖੂਹ ਤਾਂ ਸਰਕਾਰਾਂ ਦੇ ਕੰਮ ਨੇ ਲਾਉਣੇ। ਮਹਾਰਾਜ ਕਹਿੰਦੇ ਕਿਉਂ? ਜਿਵੇਂ ਅੱਜ ਅਸੀਂ ਕਾਰਪੋਰੇਟ ਵਰਲਡ ਦੀ ਗੱਲ ਕਰਦੇ ਹਾਂ, ਭਾਈ ਸਾਂਝੇ ਖੂਹ ਲਾ ਲਓ। ਕਹਿਣਗੇ ਮਹਾਰਾਜ ਸਾਂਝਾ ਖੂਹ ਲਾ ਲਵਾਂਗੇ, ਅਤੇ ਜਿਹੜਾ ਸਾਂਝ ਕਰਕੇ ਲਾਵਾਂਗੇ ਇਕੱਠਾ ਕਰਕੇ, ਰੋਜ਼ ਲੜਿਆ ਕਰਾਂਗੇ ਪਾਣੀ ਦੀ ਵਾਰੀ ਤੋਂ। ਉਹ ਕਹੇਗਾ ਮੇਰੀ ਵਾਰੀ ਹੈ, ਮੇਰੀ ਵਾਰੀ ਹੈ, ਕੌਣ ਝਗੜੇ ਨਿਬੇੜੇਗਾ? ਬਾਬਾ ਜੀ ਕਹਿੰਦੇ ਕਿਉਂ? ਸਾਰਿਆਂ ਦੀ ਵਾਰੀ ਰੋਜ਼ ਹੋਏ, ਮਹਾਰਾਜ ਕਿਵੇਂ ਹੋਏਗੀ? ਬਾਬਾ ਜੀ ਕਹਿੰਦੇ ਖੂਹ ਇੱਕ ਪੱਟੋ, ਉਹਦੇ ਵਿੱਚ ਹਰਟਾਂ 4 ਜੋਲੋ, 5 ਜੋਲੋ, 6 ਜੋਲੋ। ਬਾਬਾ ਜੀ ਇਹ ਕਿਵੇਂ ਹੋਏਗਾ? ਮਹਾਰਾਜ ਨੇ ਨਵੀਂ ਤਕਨੀਕ ਇਜ਼ਾਦ ਕਰਵਾਈ। ਇੱਕ ਖੂਹ 'ਚ 4-4 ਹਰਟਾਂ, 3-3 ਹਰਟਾਂ, 6-6 ਹਰਟਾਂ ਪਾ ਦਿੱਤੀਆਂ। ਇੱਕੋ ਸਮੇਂ 6-6 ਪਰਿਵਾਰਾਂ ਦੇ ਹਰਟ ਚੱਲ ਰਹੇ ਇਕੱਠੇ। ਨਹਿਰ ਜਿੰਨਾ ਪਾਣੀ ਨਿਕਲ ਰਿਹਾ ਧਰਤੀ 'ਚੋਂ, ਧਰਤੀ ਸਿੰਚੀ ਜਾ ਰਹੀ ਹੈ। 4 ਚੁਫੇਰੇ ਪੂਰ ਦੀ ਪੂਰੀ ਲਹਿਲਾਉਂਦੀ ਹੋਈ ਖੇਤੀ ਉਸ ਸਮੇਂ ਦੇ ਜਦੋਂ ਅਕਾਲ ਪੈ ਰਿਹਾ ਉਦੋਂ ਫੈਲ ਰਹੀ ਹੈ। ਇਹਦਾ ਸਾਰਾ ਮੈਸੇਜ ਅਕਬਰ ਤੱਕ ਪਹੁੰਚਦਾ। ਅਕਬਰ ਉਸ ਸਮੇਂ ਤੱਕ ਬਹੁਤ ਬਜ਼ੁਰਗ ਹੋ ਗਿਆ ਸੀਗਾ, ਅਤੇ ਉਹ ਬਹੁਤਾ ਉਹਦੇ 'ਚ ਮੂਵਮੈਂਟ ਨਹੀਂ ਸੀ ਰਹਿ ਗਏ। ਉਹਦੀ ਸਾਰੀ ਰਿਪੋਰਟ ਹੀ ਆਉਂਦੀ ਸੀ ਰੋਜ਼ ਨਾਮਚਿਆਂ ਦੇ ਜ਼ਰੀਏ, ਉਹਨੂੰ ਪੰਜਾਬ ਤੋਂ ਰਿਪੋਰਟ ਜਾਂਦੀ ਆ, ਸਾਰੀ ਬਾਤ ਹੋ ਰਹੀ ਹੈ। ਉਹ ਕਹਿੰਦਾ ਅੱਛਾ, ਸਾਡਾ ਕੰਮ ਸੀ ਗੁਰੂ ਅਰਜਨ ਸਾਹਿਬ ਕਰਵਾ ਰਹੇ ਨੇ। ਉਹਨੇ ਕਿਹਾ ਕੋਈ ਨਾ, ਗੁਰੂ ਅਰਜਨ ਸਾਹਿਬ ਤੱਕ ਸੁਨੇਹਾ ਪਹੁੰਚਾਉਂਦੇ ਹਾਂ। ਸੁਨੇਹਾ ਆਇਆ ਸਰਕਾਰੀ ਦਰਬਾਰ ਤੋਂ, ਗੁਰੂ ਅਰਜਨ ਸਾਹਿਬ ਰਾਜ ਦਰਬਾਰ ਤੁਹਾਡਾ ਸਤਿਕਾਰ ਕਰਨਾ ਚਾਹੁੰਦਾ, ਮਾਣ ਸਤਿਕਾਰ ਕਰਨਾ ਚਾਹੁੰਦਾ। ਅਤੇ ਮਹਾਰਾਜ ਕਹਿਣ ਲੱਗੇ ਬਾਦਸ਼ਾਹ ਨੂੰ ਪੁੱਛ ਕੇ ਆਓ, ਵਾਕਿਆ 'ਚ ਹੀ ਸਾਡਾ ਕੋਈ ਮਾਣ ਸਤਿਕਾਰ ਕਰਦਾ? ਕਹਿਣ ਲੱਗੇ ਜੀ ਬਿਲਕੁਲ। ਨਹੀਂ ਨਹੀਂ, ਇਸ ਜੀ ਨੂੰ ਦੁਬਾਰਾ ਭੇਜੋ ਵਾਪਸ। ਵਾਪਸ ਆਇਆ ਆਗਰੇ। ਕਿਹਾ ਗੁਰੂ ਅਰਜਨ ਸਾਹਿਬ ਇਹ ਇਸ ਗੱਲ ਦੀ ਤਸੱਲੀ ਲੈਣਾ ਚਾਹੁੰਦੇ ਨੇ ਕਿ ਤੁਸੀਂ ਵਾਕਿਆ ਜੀ ਸਾਡਾ ਕੋਈ ਮਾਣ ਸਨਮਾਨ ਕਰਨਾ ਚਾਹੁੰਦੇ ਹੋ? ਅਕਬਰ ਵਰਗੇ ਬਾਦਸ਼ਾਹ ਨੇ ਸੋਚਿਆ ਹੋਣਾ, ਮੇਰੇ ਆਪਣੀ ਇਹ ਜਿਹੜੀ ਖਾਸ ਕਰਕੇ ਕਲਪਨਾ ਹੈ ਕਿ ਉਹ ਅਹਿਸਾਸ ਕਰਦਾ ਹੋਣਾ ਵੀ ਗੁਰੂ ਅਰਜਨ ਸਾਹਿਬ ਜਿਹੜੇ ਯਕੀਨਨ ਤੌਰ 'ਤੇ ਕੋਈ ਵੱਡੀ ਚੀਜ਼ ਮੰਗਣ ਵਾਲੇ ਹੋਣੇ ਨੇ ਮੇਰੇ ਤੋਂ, ਕੋਈ ਗੱਦੀ, ਕੋਈ ਛੋਟੇ ਮੋਟਾ ਜਿਹੜਾ ਹੈਗਾ ਅਹੁਦਾ, ਕੋਈ ਗਵਰਨਿੰਗ, ਕੁਛ ਉਸ ਰੂਪ ਦੇ ਵਿੱਚ ਪੋਸਟ ਵਗੈਰਾ। ਅਤੇ ਉਹ ਕਹਿਣ ਲੱਗੇ ਹਾਂ, ਗੁਰੂ ਅਰਜਨ ਸਾਹਿਬ ਨੂੰ ਜਾ ਕੇ ਸੁਨੇਹਾ ਭੇਜ ਦਿਓ ਵੀ ਜੋ ਵੀ ਤੁਸੀਂ ਕਹੋਗੇ ਅਸੀਂ ਉਹਦੇ 'ਤੇ ਫੁੱਲ ਚੜ੍ਹਾ ਦਿਆਂਗੇ। ਦੱਸੋ ਕੀ ਦਈਏ ਤੁਹਾਨੂੰ? ਗੁਰੂ ਅਰਜਨ ਸਾਹਿਬ ਨੇ ਸੁਨੇਹਾ ਇਹ ਪਹੁੰਚਾਇਆ ਕਿ ਬਾਦਸ਼ਾਹ ਨੂੰ ਕਹੋ ਜੇ ਇਹ ਲੋਕਾਂ ਵੱਲ ਦੇਖੇ, ਇਹ ਅਕਾਲ ਦੇ ਵਿੱਚ ਆਪਣੇ ਆਪ ਸਰਵਾਈਵ ਕੀਤੇ, ਇਹਨਾਂ ਨੇ ਥੋੜ੍ਹੀ ਬਹੁਤੀ ਖੇਤੀ ਖੜੀ ਕੀਤੀ, ਅਤੇ ਹੁਣ ਗੱਲ ਇਹ ਅਨਾਜ ਪੱਕ ਕੇ ਇਹਨਾਂ ਦੇ ਘਰਾਂ ਤੱਕ ਜਾਣਾ ਹੈ। ਇਸ ਸਾਲ ਅਕਾਲ ਕਰਕੇ ਜੇ ਖੇਤੀ ਇੱਥੇ ਲਹਿ ਲਹਾਉਂਦੀ ਦਿਸ ਰਹੀ ਹੈ, ਇਹਨਾਂ ਨੇ ਪਾਣੀ ਨਾਲ ਨਹੀਂ ਆਪਣੇ ਖੂਨ ਨਾਲ ਸਿੰਚੀ ਹੈ, ਇਸ ਕਰਕੇ ਜੋ ਇੱਕ ਵੀ ਅਨਾਜ ਦਾ ਦਾਣਾ ਸਰਕਾਰ ਦਾ ਨਹੀਂ ਬਣਦਾ। ਸਰਕਾਰ ਨੂੰ ਮਾਮਲਾ ਟੋਟਲ ਮਾਫ਼ ਕਰਨਾ ਚਾਹੀਦਾ। ਇਹ ਆਰਡਰ ਗੁਰੂ ਅਰਜਨ ਮਹਾਰਾਜ ਨੇ ਅਕਬਰ ਕੋਲੋਂ ਦਵਾਇਆ। ਜਦੋਂ ਇਹ ਸੁਨੇਹਾ ਪਿੰਡ ਪਿੰਡ ਪਹੁੰਚਿਆ, ਧੰਨ ਗੁਰੂ ਅਰਜਨ ਸਾਹਿਬ। ਕਮਾਲ ਹੈ, ਜਦੋਂ ਸਾਡੇ ਘਰਾਂ 'ਚ ਰੋਟੀ ਨਹੀਂ ਸੀ, ਸਾਨੂੰ ਰੋਟੀ ਖਾਣ ਨੂੰ ਮਿਲੀ। ਜਦੋਂ ਖੇਤਾਂ ਦੇ ਵਿੱਚ ਕੁਛ ਵੀ ਉੱਗਣ ਦੀ ਉਮੀਦ ਨਹੀਂ ਸੀ, ਉਦੋਂ ਖੂਹ ਲਵਾਏ, ਇਹ ਖੇਤੀ ਹਰੀ ਭਰੀ ਕਰਵਾਈ। ਜਦੋਂ ਸਾਡੇ ਘਰ ਅਨਾਜ ਆਉਣ ਦੀ ਆਸ ਬੱਝੀ ਹੈ, ਇੱਕ ਵੀ ਦਾਣਾ ਕੋਈ ਸਾਡੇ ਅਨਾਜ ਦਾ ਖੋਹ ਕੇ ਨਾ ਲੈ ਜਾਵੇ, ਉਹਦਾ ਵੀ ਇੰਤਜ਼ਾਮ ਗੁਰੂ ਅਰਜਨ ਸਾਹਿਬ ਨੇ ਕਰਵਾਇਆ। ਬਸ ਉਸ ਤੋਂ ਬਾਅਦ ਫਿਰ ਤਾਂ ਜੋ ਲੋਕਾਈ ਦੇ ਵਿੱਚ ਹੋਈ ਜੈ ਜੈਕਾਰ। ਜਦੋਂ ਮਹਾਰਾਜ ਇਹ ਇਮਾਰਤ ਉਸਾਰੀ ਕਰ ਰਹੇ, ਨਗਰ ਉਸਾਰੀ ਕਰ ਰਹੇ, ਸੰਗਤਾਂ ਕਤਾਰਾਂ ਬੰਨ ਕੇ ਖੜੀਆਂ। ਇਹ ਹੈ ਰੱਬ ਦਾ ਵਰਤਣਾ, ਕਿਸੇ ਕੋਈ ਅਕਸਮਾਤ ਢੰਗ ਨਾਲ ਨਹੀਂ ਵਾਪਰਦਾ। ਰੱਬ ਦਾ ਵਰਤਣਾ ਸਾਡੇ ਵਿਹਾਰ ਵਿੱਚੋਂ ਵਰਤਦਾ ਹੈ। ਹੈਗਾ ਅਗਮ, ਸਾਨੂੰ ਉਸ ਤਰੀਕੇ ਨਾਲ ਨਹੀਂ ਦਿਸਦਾ ਕਿ ਕੋਈ ਰੱਬ ਕੋਈ ਸੁਪਰ ਨੈਚੁਰਲ ਪਾਵਰ ਹੋ ਕੇ ਵਰਤ ਰਿਹਾ ਹੈ, ਪਰ ਹਾਂ ਗੁਰੂ ਬਾਬਾ ਜੀ ਕਹਿੰਦੇ ਵਰਤਦਾ ਜਦੋਂ ਤੁਸੀਂ ਆਪ ਉਹਦੇ ਗੁਣਾਂ ਦੀ ਐਕਸਰਸਾਈਜ਼ ਕਰਦੇ ਹੋ। ਇਹ ਗੁਰੂ ਅਰਜਨ ਸਾਹਿਬ ਦਾ ਸਾਰਾ ਵਰਤਾਰਾ ਦਇਆ ਦਾ ਵਰਤਾਰਾ ਹੈ, ਦਿਆਲੂ ਹੋ ਕੇ। ਜਦੋਂ ਮੈਂ ਬੇਨਤੀ ਜਿਸ ਤੋਂ ਸ਼ੁਰੂਆਤ ਕੀਤੀ ਸੀ, ਬੱਚਾ ਪੁੱਛਦਾ ਆ
ਐਨੀਵਨ ਕੈਨ ਪ੍ਰੂਵ ਗੋਡ ਐਗਜ਼ਿਸਟ ਇਨ ਦਿਸ ਵਰਲਡ? ਯੈਸ ਪੁੱਤ, ਕਿਉਂ ਨਹੀਂ, ਗੋਡ ਹੀ ਐਗਜ਼ਿਸਟ ਕਰਦਾ। ਕਿਵੇਂ ਕਰਦਾ? ਜਸਟ ਟਰਾਈ ਟੂ ਐਕਸਰਸਾਈਜ਼ ਸਮ ਗੋਡ ਵਰਚੂ, ਸਮ ਸੋਰਟ ਆਫ ਜਿਹੜੇ ਡਿਵਾਈਨ ਵਰਚੂਜ਼ ਨੇ ਉਹਨਾਂ ਦੀ ਐਕਸਰਸਾਈਜ਼ ਕਰੋ। ਦੇਖੋ ਰੱਬ ਕਿਵੇਂ ਵਰਤਦਾ। ਤੁਸੀਂ ਆਲੇ ਦੁਆਲੇ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਬਾਬਾ ਜੀ ਦੇ ਪਾਵਨ ਬਚਨਾਂ ਦੇ ਵਿੱਚ, ਮਹਾਰਾਜ ਨੇ ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਤੂੰ ਪਰਾਏ ਬੁਰੇ ਨੂੰ ਹਰ ਵਕਤ ਆਪਣੇ ਹਿਰਦੇ 'ਚ ਗੁਜਰ ਲਾ ਰਿਹਾ, ਆਪਣਾ ਭਲਾ ਹੋਏ ਨਾ ਹੋਏ, ਕਿਸੇ ਦਾ ਬੁਰਾ ਤੱਕਦਾ ਸਵੇਰ ਤੋਂ ਸ਼ਾਮ ਤੱਕ, ਇਹਦਾ ਨੁਕਸਾਨ ਹੋਏ ਨਾ ਤਾਂ ਫਿਰ ਖੁਸ਼ੀ ਮਿਲੇ, ਕਿਤੇ ਆਹ ਚੀਜ਼ ਹੋ ਜਾਏ ਨਾ ਤਾਂ ਫਿਰ। ਇਹ ਬੰਦੇ ਦੀ ਫਿਤਰਤ ਇਸ ਕਿਸਮ ਦੀ ਹੈ, ਈਰਖਾ ਵਿੱਚ, ਦੁਆਖ ਵਿੱਚ, ਸਾੜੇ 'ਚ ਇਸ ਰੂਪ ਵਿੱਚ ਜੀ ਰਿਹਾ ਬੰਦਾ। ਆਲੇ ਦੁਆਲੇ ਆਪਣਾ ਕੋਈ ਚੰਗਾ ਵੀ ਕਰਦਾ ਤਾਂ ਇਸ ਕਰਕੇ ਕਰਨਾ ਸੋਚਦਾ, ਇਹਨੂੰ ਵੇਖ ਕੇ ਦੂਜਾ ਸੜੇਗਾ, ਦੂਜਾ ਛੋਟਾ ਮਹਿਸੂਸ ਕਰੇਗਾ, ਇਹ ਮੇਰੀ ਪ੍ਰਾਪਤੀ ਹੋਏਗੀ। ਪਰਕਾ ਬੁਰਾ ਨਾ ਰੱਖੋ ਚੀਤ, ਐਕਸਰਸਾਈਜ਼ ਕਰਕੇ ਦੇਖ, ਫਿਰ ਤੁਮਕੋ ਦੁੱਖ ਨਹੀਂ ਭਾਈ ਮੀਤ। ਹੇ ਮੇਰੇ ਮਿੱਤ, ਤੈਨੂੰ ਕਦੀ ਦੁੱਖ ਹੀ ਨਹੀਂ ਆਵੇਗਾ, ਤੈਨੂੰ ਤਕਲੀਫ ਨਹੀਂ ਆਏਗੀ। ਇੱਥੋਂ ਗੁਰੂ, ਇਹ ਹੈ ਰੱਬ ਦਾ ਵਰਤਣਾ। ਮਹਾਰਾਜ ਕਹਿੰਦੇ ਹੈ ਅਗਮ, ਦਿਸਦਾ ਨਹੀਂ ਉਸ ਰੂਪ ਦੇ ਵਿੱਚ, ਤੂੰ ਐਕਸਰਸਾਈਜ਼ ਕਰ, ਐਸਾ ਮਹਿਸੂਸ ਹੋਏਗਾ, ਉਹ ਤੇ ਅੰਗ ਸੰਗ ਹੈ, ਉਹ ਤੇ ਵਰਤ ਰਿਹਾ ਚਾਰ ਚਪੇਰੇ। ਤੇ ਐਗਜੈਕਟਲੀ ਇਹੋ ਬਚਨ ਅਸੀਂ ਜਦੋਂ ਪਹਿਲਾ ਹੁਕਮਨਾਮਾ ਪੜ੍ਹਦੇ ਹਾਂ ਦਰਬਾਰ ਸਾਹਿਬ ਤੇ ਗੁਰੂ ਮਹਾਰਾਜ ਜਦੋਂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਕਰਦੇ ਨੇ, ਉੱਥੇ ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਕੰਮ ਕਰਾਵਣ ਆਇਆ ਰਾਮ। ਇੰਝ ਲੱਗਦਾ ਜਿਵੇਂ ਹਰ ਆਪ ਕੰਮ ਕਰਾ ਰਿਹਾ ਸਾਰੇ ਦੇ ਸਾਰੇ, ਭਾਈ ਹਰ ਹੀ ਕਰ ਰਿਹਾ, ਉਹਦਾ ਰੂਪ ਵਰਤ ਰਿਹਾ ਚਾਰ ਚਪੇਰੇ। ਉਹਦੇ ਕਰਕੇ ਹੀ ਇਹ ਜ਼ਿਆਦਾਤਰ ਹੁੰਦੀ ਬਾਤ। ਆਪਾਂ ਜਦੋਂ ਸੰਸਾਰ ਵਿੱਚ ਦੇਖਦੇ ਹਾਂ ਨਫ਼ਰਤ, ਈਰਖਾ, ਦਵੈਖ, ਤੁਸੀਂ ਦੇਖੋ ਦੁਨੀਆ ਪੱਧਰ 'ਤੇ, ਵੈਸੇ ਨਿਊਜ਼ 'ਤੇ ਬਣਦੀ ਬੁਰੀ ਬੁਰਿਆਈ ਦੀ ਹੈ, ਪਰ ਇਹ ਹੈ ਜਿੰਨੀ ਵੇਖਦੇ ਹਾਂ, ਕਿਤੇ ਕੋਈ ਕਿਸੇ ਨੂੰ ਕੋਈ ਸਟੈਬਿੰਗ ਕਰ ਰਿਹਾ, ਕੋਈ ਕਿਸੇ ਨੂੰ ਮਾਰ ਰਿਹਾ, ਕੋਈ ਕਿਸੇ ਗੱਡੀ ਚੜ੍ਹਾ ਰਿਹਾ, ਇਹ ਸਾਰਾ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਕਹਿੰਦੇ ਇਹ ਮੈਂਟਲ ਹੈਲਥ ਕ੍ਰਾਈਸਿਸ ਹੈ ਜੀ, ਇਹ ਮਾਨਸਿਕ ਰੂਪ ਵਿੱਚ ਲੋਕ ਬਿਮਾਰ ਹੋ ਗਏ ਨੇ। ਭਾਈ ਬਿਮਾਰ ਕਿਵੇਂ ਹੋ ਗਏ? ਬਿਮਾਰੀ ਕੀ ਹੈ? ਬਿਮਾਰੀ ਇਹ ਹੈ ਆਲੇ ਦੁਆਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਈਰਖਾ ਵਸ, ਦੁਆਖ ਵਸ, ਸਾੜੇ ਵਸ, ਇੱਥੋਂ ਹੀ ਸਭ ਚੀਜ਼ਾਂ ਫੈਲਦੀਆਂ, ਇੱਥੋਂ ਡਰ ਫੈਲਦਾ, ਇੱਥੋਂ। ਗੁਰੂ ਮਹਾਰਾਜ ਕਹਿੰਦੇ ਇਹਨੂੰ ਕਾਊਂਟਰ ਕੀਤਾ ਜਾਏ। ਕਾਊਂਟਰ ਕਿਵੇਂ ਕਰਾਂਗੇ? ਪਿਆਰ ਨਾਲ, ਸਨੇਹ ਨਾਲ, ਇੱਕ ਦੂਜੇ ਦੇ ਨਾਲ, ਭਾਈ ਭਰਾਤਰੀ ਭਾਵ ਦੇ ਨਾਲ, ਹਾਰਮੋਨੀ ਦੇ ਨਾਲ। ਇਹੀ ਰੱਬ ਦੇ ਗੁਣ ਨੇ। ਜਦੋਂ ਅਸੀਂ ਸਭ ਦੇ ਭਲੇ ਦੀ ਗੱਲ ਕਰਦੇ ਹਾਂ, ਇਹ ਸਿਰਫ ਮੂੰਹ ਤੋਂ ਕਹਿਣ ਦੀ ਗੱਲ ਨਹੀਂ ਕਿ ਅਸੀਂ ਉਹਦੇ ਲਈ ਅਗਰਸਰ ਹੋਣਾ, ਐਵੇਂ ਹੋਣਾ ਕਿ ਉਹਨਾਂ ਗੁਣਾਂ ਨੂੰ ਆਪਣੇ ਜੀਵਨ 'ਚ ਪਾ ਕੇ ਉਸ ਰੂਪ ਵਿੱਚ ਲਗਾਤਾਰ ਉਹਦੀ ਐਕਸਰਸਾਈਜ਼ ਕਰਨੀ। ਅੱਜ ਗੁਰੂ ਰਾਮਦਾਸ ਮਹਾਰਾਜ ਦੇ ਕਹਿੰਦੇ, ਤੂੰ ਸਾਹਿਬ ਅਗਮ ਦਿਆਲ ਹੈ, ਵੱਡਦਾਤਾ ਦਾਣਾ, ਤੂੰ ਬਹੁਤ ਵੱਡਾ ਗਿਵਰ ਆ, ਦਾਤਾ ਆ, ਦਾਣਾ ਬਹੁਤ ਸਿਆਣਾ। ਮਤਲਬ ਜ਼ਿਆਦਾਤਰ ਇਹ ਵੀ ਬਾਤ ਰਹੀ ਹੈ, ਮੈਨੂੰ ਇਹ ਮਹਿਸੂਸ ਹੋਈ ਜਾਂਦਾ ਹਰ ਵਕਤ ਕਿ ਜੋ ਮੈਂ ਡਿਜ਼ਰਵ ਕਰਦਾ ਮੈਨੂੰ ਮਿਲ ਨਹੀਂ ਰਿਹਾ। ਇਹ ਬੰਦੇ ਦੀ ਸਭ ਤੋਂ ਵੱਡੀ ਖਾਮੀ ਹੈ। ਬੰਦਾ ਅਹਿਸਾਸ ਇਹ ਕਰ ਰਿਹਾ ਹੈ, ਮੇਰੀ ਕਾਬਲੀਅਤ ਜ਼ਿਆਦਾ ਸੀ, ਮਿਲ ਘੱਟ ਰਿਹਾ ਆ। ਇਹਦਾ ਮਤਲਬ ਦੇਣ ਵਾਲਾ ਉਹ ਗਲਤ ਆ, ਉਹਨੂੰ ਸਹੀ ਨਹੀਂ ਪਤਾ, ਉਹਦੇ 'ਤੇ ਫਿਰ ਮੈਂ ਸ਼ੱਕ ਕਰਦਾ ਹਾਂ। ਬਾਬਾ ਜੀ ਕਹਿੰਦੇ ਉਹ ਦਾਣਾ ਆ, ਉਹਨੂੰ ਸਭ ਪਤਾ ਆ, ਸਭ ਉਹ ਤਾਂ ਸਹੀ ਰੂਪ ਦੇ 'ਚ, ਬਲਕਿ ਬਾਬਾ ਜੀ ਇੱਥੋਂ ਤੱਕ ਕਹਿੰਦੇ ਕਿ ਮੇਰੇ 'ਤੇ ਕੁਛ ਹੈ ਹੀ ਨਹੀਂ ਕਿ ਸਮਰੱਥਾ ਮੇਰੀ, ਦੇਣ ਵਾਲਾ ਤਾਂ ਫਿਰ ਦੇਈ ਜਾ ਰਿਹਾ, ਤਰਸ ਕਰੀ ਜਾ ਰਿਹਾ। ਇੱਥੇ ਫਿਰ ਉਹਦੀ ਵਡਿਆਈ ਦਾ ਬੰਦੇ 'ਚ ਰੰਗ ਚੜ੍ਹਦਾ ਆ, ਫਿਰ ਬੰਦਾ ਸਹੀ ਰੂਪ ਦੇ 'ਚ ਅਗਲੇ ਪਾਸੇ ਵੱਧਦਾ। ਇਸ ਤਰ੍ਹਾਂ ਜਾਣ ਲਈਏ ਜਿਹੜੀ ਹਲੀਮੀ ਹੈ, ਨਿਮਰਤਾ, ਜਿਹਨੂੰ ਅਸੀਂ ਗ੍ਰੈਟੀਟਿਊਡ ਹੋਣਾ ਆਪਣੇ ਆਪ ਵਿੱਚ ਕਹਿੰਦੇ ਹਾਂ, ਸਮ ਸੋਰਟ ਆਫ ਹੰਬਲਨੈਸ ਦਾ ਕੋਨਸੈਪਟ ਆ ਜਾਣਾ, ਇਹ ਬੜਾ ਜ਼ਰੂਰੀ ਹੈ। ਅੱਜ ਦੇ ਅਸੀਂ ਸਮਾਜ ਵਿੱਚ ਵਸਤਾਂ ਰਸਤਾਂ ਦੀ ਕੋਈ ਕਮੀ ਥੋੜ੍ਹਾ ਆ। ਆਪਾਂ ਨੇ ਜਿਹੜੀ ਆਪਾਂ ਜਨਰੇਸ਼ਨ ਹੈਗੇ ਹਾਂ,
ਅਰਾਊਂਡ 40s ਦੇ ਵਿੱਚ ਜਾਂ ਸਾਡੇ ਤੋਂ ਵੱਡੀ ਏਜ ਦੇ ਵਿੱਚ ਜਿਹੜੀ ਜਿਹੜੇ ਹੈਗੇ ਨੇ ਜਨਰੇਸ਼ਨਸ, ਇੰਨਾ ਪਦਾਰਥ ਦੇਖਿਆ ਵੀ ਨਹੀਂ ਹੋਣਾ ਜਿੰਨਾ ਮੌਜੂਦ ਆ ਘਰਾਂ ਦੇ ਵਿੱਚ, ਬੱਚਿਆਂ ਦੇ ਕੋਲ ਇਤਨੇ ਇਤਨੇ ਖਿਡੌਣੇ, ਇਤਨਾ ਸਭ ਕੁਝ, ਮਤਲਬ ਕਦੀ ਸੋਚਿਆ ਵੀ ਨਹੀਂ ਹੋ ਸਕਦਾ। ਪਰ ਆਪ ਦੇਖੋਗੇ, ਆਪਣਾ ਬਚਪਨ ਯਾਦ ਕਰਕੇ ਦੇਖਿਓ, ਜਿੰਨੀ ਕੁ ਤਸੱਲੀ, ਜਿੰਨੀ ਕੁ ਖੁਸ਼ੀ, ਜਿੰਨੀ ਕੁ ਸੈਟੀਸਫੈਕਸ਼ਨ ਤੁਹਾਨੂੰ ਸੀਗੀ, ਉਹਦਾ 1% ਵੀ ਨਾ ਬੱਚਿਆਂ 'ਚ ਨਜ਼ਰ ਪੈਂਦਾ? ਨਹੀਂ ਪੈਂਦਾ। ਹੁਣ ਤਾਂ ਖਾਮੀ ਕਿੱਥੇ ਹੈ? ਕਿਉਂਕਿ ਪਦਾਰਥ ਨਹੀਂ ਮਿਲ ਰਹੇ, ਵਸਤਾਂ ਨਹੀਂ ਮਿਲ ਰਹੀਆਂ, ਖਾਣ ਨੂੰ ਨਹੀਂ ਮਿਲ ਰਿਹਾ, ਤਾਂ ਕਰਕੇ ਖਾਮੀ ਕਿਤੇ ਹੋਰ ਆ ਗਈ ਹੈ। ਖਾਮੀ ਆ ਗਈ ਹੈ ਜਿਹੜਾ ਜਿਹੜੀ ਉਹ ਗ੍ਰੈਟੀਟਿਊਡ ਸ਼ੋਅ ਕਰਨਾ ਸੀਗਾ, ਜਿਹੜਾ ਉਹ ਧੰਨਵਾਦਤਾ ਦੇ ਰੂਪ ਵਿੱਚ ਜਾਣਾ ਸੀਗਾ, ਉਹ ਨਹੀਂ ਆ ਪਾ ਰਿਹਾ। ਅਸੀਂ ਬਿਹੇਵੀਅਰਸ ਨੂੰ ਪੜ੍ਹਦੇ ਹਾਂ, ਬਿਹੇਵੀਅਰ ਸਾਇੰਸਿਸ ਦੇ ਵਿੱਚ ਉਹ ਕਹਿੰਦੇ ਨੇ ਬੱਚੇ ਨੂੰ 10 ਟੋਏ ਲੈ ਕੇ ਦੇਣੇ ਨੇ, ਨਾ ਲੈ ਕੇ ਦਿਓ, 1 ਟੋਏ ਲੈ ਦਿਓ, ਬਹੁਤ ਮਹਿੰਗੇ ਲੈ ਕੇ ਦੇਣੇ ਨੇ, ਨਾ ਲੈ ਕੇ ਦਿਓ, ਬਹੁਤ ਸਸਤਾ ਲੈ ਦਿਓ। ਪਰ ਪਤਾ ਕੀ ਚੀਜ਼ ਕਰੋ, 1 ਟੋਏ ਲੈ ਕੇ ਦਿਓ, ਉਹਦੇ ਨਾਲ ਉਹਨੂੰ ਖੇਡਣਾ ਸਿਖਾਓ। ਦੈਟ ਇਜ਼ ਅ ਵੇਰੀ ਇੰਪੋਰਟੈਂਟ ਦੈਨ ਦ ਟੋਏ। ਬੱਚੇ ਕੋਲ 10 ਟੋਏਜ਼ ਨੇ, ਉਹਨੂੰ 1 ਨਾਲ ਵੀ ਖੇਡਣਾ ਨਹੀਂ ਆਉਂਦਾ। ਆਪਣੇ ਘਰਾਂ ਥਾਵਾਂ ਦੀ ਅਸੀਂ ਬਾਤ ਕਰੀਏ, ਬਹੁਤ ਜ਼ਿਆਦਾ ਆਰ ਅੰਬਾਰ ਨਾ ਲਾਓ, ਘੱਟ ਲਾ ਲਓ, ਪਰ ਜਿੰਨਾ ਹੈ ਉਹਨੂੰ ਮਾਣੋ, ਉਹਨੂੰ ਜੀਓ, ਉਹਨੂੰ ਅਹਿਸਾਸੋ, ਉਹ ਸਾਰਿਆਂ ਨੂੰ ਅਹਿਸਾਸ ਦੇ ਹੋਏ ਦਾਤੇ ਦਾ ਧੰਨਵਾਦ ਕਰੋ। ਜਪਜੀ ਸਾਹਿਬ 'ਚ ਆ ਜਾਓ, ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਦਾਤ, ਮੈਂ ਰੋਜ਼ ਦਾਤਾਂ ਮਾਣਦਾ। ਮੈਂ ਕਿੰਨੀ ਵਾਰੀ ਉਹਦੀ ਨਿਸ਼ਾਨੀ ਸਮਝ ਕੇ ਜਾਣਦਾ, ਕਿੰਨੀ ਵਾਰੀ ਮੈਂ ਉਹਦੀ ਸ਼ੁਕਰ ਗੁਜ਼ਾਰੀ ਹੈ, ਅਤੇ ਸਭ ਤੋਂ ਵੱਡੀ ਦਾਤ ਆ ਮੇਰਾ ਸਰੀਰ ਹੈ। ਮੈਂ ਕਈ ਵਾਰੀ ਬੱਚਿਆਂ ਨਾਲ ਬਾਤ ਕਰਦਾ, ਅਤੇ ਬੱਚੇ ਬਰਥਡੇ 'ਤੇ ਬਹੁਤ ਖੁਸ਼ ਹੁੰਦੇ ਨਾ, ਮੈਂ ਪੁੱਛਦਾ ਬੱਚਿਆਂ ਨੂੰ, ਵਾਈ ਆਰ ਯੂ ਸੋ ਹੈਪੀ ਔਨ ਯੋਰ ਬਰਥਡੇ? ਹੋ ਯੂ ਨੋ, ਐਵਰੀ ਵਨ ਗੋਨਾ ਪੇ ਅਟੈਨਸ਼ਨ ਟੂਵਰਡ ਮੀ ਐਂਡ ਆਈ ਐਮ ਗੋਨਾ ਗੈਟ ਸੋ ਮੈਨੀ ਗਿਫਟਸ। ਓਕੇ, ਸੋ ਦੈਟਸ ਰੀਅਲੀ ਗੁੱਡ ਥਿੰਗ, ਸੋ ਵਟ ਕਾਇੰਡ ਆਫ ਗਿਫਟ ਆਰ ਯੂ ਐਕਚੁਲੀ ਰਿਸੀਵਿੰਗ? ਉਹ ਫਿਰ ਗਿਣਤੀ ਕਰਕੇ ਦੱਸਦੇ, ਓਕੇ ਆਈ ਗੋਟ ਇਟ, ਬਟ ਹਾਉ ਅਬਾਊਟ ਵਾਹਿਗੁਰੂ ਜੀ, ਡਿਡ ਵਾਹਿਗੁਰੂ ਆਲਸੋ ਗਿਵ ਐਨੀ ਗਿਫਟ ਟੂ ਯੂ? ਨੋ, ਨਥਿੰਗ। ਓ, ਸੋ ਲੈਟ ਮੀ ਸ਼ੋ ਯੂ ਵਟ ਵਾਹਿਗੁਰੂ ਇਜ਼ ਐਕਚੁਲੀ ਗਿਵਿੰਗ ਯੂ ਐਜ਼ ਏ ਗਿਫਟ। ਉਹ ਕੀ ਹੈ ਜੀ, ਸਭ ਤੋਂ ਵੱਡੀ ਗਿਫਟ ਕੀ ਹੈ ਰੱਬ ਜੀ ਨੇ ਦਿੱਤੀ? ਆ ਜ਼ਿੰਦਗੀ। ਬਿਕੋਜ਼ ਯੂ ਹੈਵ ਦਿਸ ਵੈਰੀ ਪ੍ਰੀਸ਼ੀਅਸ ਗਿਫਟ, ਦੈਟਸ ਵਾਈ ਯੂ ਆਰ ਏਬਲ ਟੂ ਇੰਜੋਏ ਐਵਰੀ ਅਦਰ ਗਿਫਟ ਇਨ ਦਿਸ ਵਰਲਡ। ਜੇ ਇਹੀ ਗਿਫਟ ਨਾ ਹੁੰਦਾ, ਬਾਕੀ ਗਿਫਟ ਕੀ ਮਾਇਨੇ ਕਰਦੇ ਸੀਗੇ? ਆਹ ਬਾਤ ਹੈ, ਗਾਵੈ ਕੋ ਦਾਤ ਜਾਣਾ ਨਿਸ਼ਾਨ, ਇਹ ਉਹਦੀ ਦਾਤ ਦਿੱਤੀ ਨਿਸ਼ਾਨੀ ਜਾਣੋ। ਅਤੇ ਦਾਣਾ ਸਿਆਣਾ ਆ, ਬਹੁਤ ਸਿਆਣਾ ਆ, ਇਸੇ ਕਰਕੇ ਉਹਦੀ ਸਿਆਣਪ ਦਾ ਮੁਜੱਸਮ ਹੈ, ਉਹਨੇ ਦਾਤਾਂ ਦਿੱਤੀਆਂ ਨੇ ਮੈਨੂੰ। ਜੇ ਕਿਤੇ ਉਹਨਾਂ ਦਾਤਾਂ ਦੇ ਵਿੱਚ ਰਹਿੰਦਿਆਂ ਹੋਇਆਂ ਮੈਨੂੰ ਦਾਤਾ ਭੁੱਲ ਗਿਆ, ਮੈਨੂੰ ਦੇਣ ਵਾਲਾ ਭੁੱਲ ਗਿਆ, ਦਹਿੰਦ ਭੁੱਲ ਗਿਆ, ਇਹ ਮੇਰੀ ਖਾਮੀ, ਮੇਰੀ ਕਮੀ ਹੈ। ਗੁਰੂ ਬਾਬਾ ਜੀ ਕਹਿੰਦੇ ਇਹਦੇ 'ਤੇ ਕੰਮ ਕਰ, ਇਹੀ ਭਗਤੀ ਅਸਲ ਦੇ ਵਿੱਚ, ਇਹ ਸਾਰੇ ਤੋਂ ਬਾਹਰ ਆਉਣਾ। ਅੱਜ ਗੁਰੂ ਰਾਮਦਾਸ ਸਾਹਿਬ ਨੇ ਇੱਥੇ ਬਾਤ ਕੀਤੀ, ਤੂੰ ਸਾਹਿਬ ਅਗਮ ਦਿਆਲ ਹੈ ਵਡਦਾਤਾ ਦਾਣਾ, ਤੁਧ ਜੇਵੜ ਮੈਂ ਹੋਰ ਕੋ ਦਿਸ ਨਾ ਆਵਈ। ਤੇਰੇ ਤੋਂ ਵੱਡਾ ਮੈਨੂੰ ਹੋਰ ਕੋਈ ਦਿਸ ਆਉਂਦਾ ਹੀ ਨਹੀਂਗਾ। ਹੁਣ ਇਹ ਤੇਰੇ ਤੋਂ ਵੱਡਾ ਕੋਈ ਹੋਰ ਦਿਸ ਆਉਣ ਦਾ ਮਤਲਬ ਅਸੀਂ ਇੱਕ ਪਰਟੀਕੁਲਰ ਕਿਸੇ ਇੱਕ ਕਹਿ ਲਓ ਕਿ ਸਪੈਸ਼ਲ ਕਿਸੇ ਫੋਰਮ ਨੂੰ ਇੱਥੇ ਦੇਖ ਰਹੇ ਹੋਵਾਂਗੇ, ਪਰ ਇਨਡੀਡ ਵਾਹਿਗੁਰੂ ਦਾ ਇੱਕ ਤਸੱਵਰ ਆ ਜਾਣਾ, ਇੱਕ ਆਈਡੀਆ, ਖਿਆਲ ਆ ਜਾਣਾ। ਹੁਣ ਸਪੋਜ਼ ਇਹਨੂੰ ਹੋਰ ਸਰਲ ਕਰ ਲਈਏ, ਪਿਤਾ ਆ ਬੇਟੇ ਨੂੰ ਖਿਡਾਉਂਦਾ ਆ, ਮਾਂ ਆ ਬੇਟੇ ਨੂੰ, ਬੱਚੇ ਨੂੰ ਚੱਕਦੀ ਹੈ ਉਸ ਰੂਪ, ਧੀ ਪੁੱਤ ਨੂੰ ਉਹਨੂੰ ਸੰਭਾਲਦੀ ਹੈ, ਆਖਿਰਕਾਰ ਬਾਪ ਆ ਮਾਂ ਆ ਕਿੰਨੀ ਦੇਰ ਉਹਦੇ ਨਾਲ ਆ। ਫਿਜ਼ੀਕਲੀ ਤੁਸੀਂ ਬਹੁਤ ਵੀ ਯਤਨ ਕਰੋ ਨਾ, ਤਾਂ ਵੀ ਉਹਦੇ ਨਾਲ ਨਹੀਂ ਰਹਿ ਸਕਦੇ। ਇੱਕ ਸਰਟਨ ਟਾਈਮ 'ਤੇ ਡਿਟੈਚਮੈਂਟ ਹੋਏਗੀ, ਥੋੜ੍ਹੇ ਸਮੇਂ ਲਈ, ਵੱਡੇ ਸਮੇਂ ਲਈ, ਇਸ ਰੂਪ ਦੇ ਵਿੱਚ।
ਜਿੱਥੇ ਬੱਚਾ ਬਹੁਤ ਹਰ ਵਕਤ ਮਾਂ ਨੂੰ ਗੋਦੀ ਚੱਕ ਕੇ ਰੱਖੇਗੀ, ਮਾਂ ਨੂੰ ਆਪਣੇ 'ਤੇ ਡਿਪੈਂਡੈਂਟ ਬਣਾ ਲਏਗੀ। ਇਹਨ ਬਿਨ ਆਪਾਂ ਫਿਜ਼ੀਕਲ ਸਾਈਡ ਤੋਂ ਥੋੜ੍ਹਾ ਹੋਰ ਅੱਗੇ ਵੱਧਦੇ ਹਾਂ। ਇਸ ਤਰ੍ਹਾਂ ਜਾਣੋ ਬੱਚੇ ਨੇ ਘਰੋਂ ਬਾਹਰ ਨਿਕਲਣਾ ਆ। ਅੱਛਾ, ਜਦੋਂ ਬੱਚਾ ਘਰ ਤੋਂ ਬਾਹਰ ਪੈਰ ਰੱਖ ਰਿਹਾ ਆ, ਮਾਂ ਇੰਨਾ ਤਸੱਲੀ ਕਰਦੀ ਏ ਵੀ ਇਹ ਘਰੋਂ ਬਾਹਰ ਪੈਰ ਰੱਖ ਰਿਹਾ ਆ, ਮੈਂ ਘਰੇ ਆ, ਬਾਹਰ ਜਾ ਰਿਹਾ। ਪਰ ਹਕੀਕਤ ਇਹ ਹੈ ਮੈਂ ਇਹਦੇ ਨਾਲ ਜਾ ਰਹੀ ਹਾਂ। ਕਿਵੇਂ? ਸੁਰਤ ਕਰਕੇ, ਖਿਆਲ ਕਰਕੇ। ਮਾਂ ਬਾਪ ਦਾ ਬੱਚੇ ਦੀ ਸੁਰਤ 'ਚ ਬੈਠਣਾ ਬੜਾ ਜ਼ਰੂਰੀ ਹੈ। ਜਦੋਂ ਬੱਚੇ ਦੀ ਸੁਰਤ 'ਚ ਮਾਂ ਬਾਪ ਨਹੀਂ ਨਾ ਬੈਠਦੇ, ਬੱਚਾ ਉਦੋਂ ਲੋਸਟ ਹੁੰਦਾ ਆ, ਜਦੋਂ ਅਸੀਂ ਸੈਂਸ ਆਫ ਬਿਲੋਂਗਿੰਗ ਨਹੀਂ ਹੁੰਦੀ। ਜਦੋਂ ਵਾਹਿਗੁਰੂ ਇੱਕ ਤਸੱਵਰ ਦੇ ਰੂਪ ਦੇ ਵਿੱਚ ਆਉਂਦਾ, ਉਹਦੀ ਕੋਈ ਫਿਜ਼ੀਕਲ ਫੋਰਮ। ਬਾਬਾ ਜੀ ਇਸੇ ਕਰਕੇ ਕਹਿੰਦੇ, ਜਾਪ ਸਾਹਿਬ ਰੋਜ਼ ਪੜ੍ਹਦੇ, ਜਾਪ ਦਾ ਮਤਲਬ ਕੀ? ਆਭਾਸ, ਐਕਸਪੀਰੀਅੰਸ ਹੋ ਰਿਹਾ, ਹੁਣ ਉਹਨੂੰ ਐਕਸਪੀਰੀਅੰਸ ਕਰ ਰਿਹਾ। ਕਿਵੇਂ ਕਰ ਰਿਹਾ? ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ। ਕੋਈ ਚੱਕਰ ਚਿਹਨ ਵਰਣ ਜਾਤ ਹੈ ਹੀ ਨਹੀਂ ਉਹਦੀ ਕੋਈ, ਪਰ ਐਕਸਪੀਰੀਅੰਸ ਕਰ ਰਿਹਾ, ਜਾਪ ਰਿਹਾ ਮੈਨੂੰ। ਅਤੇ ਜਾਪ ਇਸ ਰੂਪ ਵਿੱਚ ਵੀ ਰਿਹਾ, ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਹਾਰ ਚਾਰ ਛਪੇਰੇ ਨਮਸਕਾਰਾਂ ਹੋ ਰਹੀਆਂ ਨੇ ਉਹਦੀਆਂ। 199 ਪਦੇ ਅਤੇ 199 ਦੇ 99 ਪਦਿਆਂ 'ਚ ਨਮਸਕਾਰ, ਨਮੋ, ਨਮਸਤਸਤ, ਅਗਮ, ਉਸ ਰੂਪ ਦੇ ਵਿੱਚ ਆਦੇਸ਼, ਸਾਰਾ ਇਹ ਸਾਰੀਆਂ ਜਿਹੜੀਆਂ ਨੇ ਉਹ ਨਮਸਕਾਰਾਂ ਕੀਤੀਆਂ ਜਾ ਰਹੀਆਂ ਸਭ। ਇਹ ਕੀ ਹੈ? ਕਿਉਂ? ਕਿਉਂਕਿ ਹੁਣ ਸੁਰਤ 'ਚ ਆ ਗਿਆ। ਸੁਰਤ 'ਚ ਕਿਵੇਂ? ਖਿਆਲ ਕਰਕੇ ਆ ਗਿਆ। ਸੋ ਇਹ ਰੂਪ ਦਾ ਆ। ਆਪਾਂ ਜੀਵਨ ਦੇ ਵਿੱਚ ਹੌਲੀ ਹੌਲੀ ਕਰਕੇ, ਸਪੋਜ਼ ਇੱਕ ਸਮੇਂ ਤੱਕ ਮਾਂ ਬਾਪ ਆਪਣੇ ਆਪ ਨੂੰ ਬਿਠਾਉਂਦੇ ਨੇ, ਫਿਰ ਇੱਕ ਸਮਾਂ ਆਉਂਦਾ ਆ ਜਦੋਂ ਮਾਂ ਬਾਪ ਆਪਣੀ ਰਿਪਲੇਸਮੈਂਟ ਵੀ ਕਰ ਦਿੰਦੇ ਨੇ। ਉਹ ਕਹਿੰਦੇ ਨੇ, ਪੁੱਤ ਵਾਹਿਗੁਰੂ ਨੇ ਸਾਨੂੰ ਡਿਊਟੀ ਦਿੱਤੀ ਸੀ ਅਤੇ ਅਸੀਂ ਉਹ ਡਿਊਟੀ ਹੁਣ ਨਿਭਾਉਣ ਲੱਗੇ ਹਾਂ, ਹੁਣ ਵਾਹਿਗੁਰੂ ਤੇਰੇ ਅੰਗ ਸੰਗ ਹੈ, ਘਬਰਾਉਣਾ ਨੇਗਾ। ਆਪਾਂ ਨਾ ਵੀ ਹੋਵਾਂਗੇ ਤਾਂ ਕੀ ਫਰਕ ਪੈਂਦਾ ਆ? ਇਹਦੀ ਇਗਜ਼ਾਮਪਲ ਅਸੀਂ ਆਪਣੇ ਇਤਿਹਾਸ 'ਚ ਪੜ੍ਹਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਬੀਤੇ ਕੱਲ੍ਹ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਉਹਨਾਂ ਦੇ ਪ੍ਰਕਾਸ਼ ਦਿਹਾੜੇ 'ਤੇ ਗੱਲ ਪਾ ਰਹੇ ਸੀਗੇ। ਜਿਸ ਦਿਨ ਉਹ ਬਿਪਰ ਆਏ ਸੀ ਕਸ਼ਮੀਰ ਤੋਂ ਤੁਰ ਕੇ, ਅਤੇ ਉਹਨਾਂ ਨੇ ਆ ਕੇ ਕਿਹਾ ਵੀ ਆ ਸਾਰਾ ਕੁਝ, ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਸੀਗਾ ਕਿ ਜ਼ਾਲਮ ਦਾ ਜ਼ੁਲਮ ਐਵੇਂ ਨਹੀਂ ਰੁਕੇਗਾ, ਉਸ ਜ਼ੁਲਮ ਦੀ ਕਾਂਚੜਦੀ ਹੋਈ ਕਾਂਗ ਨੂੰ ਰੋਕਣ ਵਾਸਤੇ ਕਿਸੇ ਬੜੇ ਗਦਾਵਰ ਅਧਿਆਤਮਕ ਸ਼ਖਸੀਅਤ ਨੂੰ ਉਹਦੇ ਸਾਹਮਣੇ ਜਾ ਕੇ ਖੜ ਕੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿਣਾ ਪਏਗਾ, ਧਰਮ ਨੂੰ ਤੂੰ ਮਾਰ ਨਹੀਂ ਸਕੇਗਾ, ਧਰਮ ਬੜੀ ਵੱਡੀ ਚੀਜ਼ ਆ, ਧਰਮ ਮਨੁੱਖਤਾ ਦੇ ਅਦਬ ਅਤੇ ਸਤਿਕਾਰ ਦੇ ਰੂਪ ਦੇ ਵਿੱਚ ਸਥਾਪਿਤ ਹੁੰਦਾ ਆ, ਧਰਮ ਸਾਰਿਆਂ ਨੂੰ ਆਪਣੇ ਨਾਲ ਤੋਰ ਕੇ ਅਤੇ ਸਾਰਿਆਂ ਦੀ ਐਕਸੈਪਟੈਂਸ ਦੀ ਗੱਲ ਕਰਦਾ ਆ। ਇਹ ਸਾਰੀਆਂ ਬਾਤਾਂ ਪਾਈਆਂ ਅਤੇ ਅਖੀਰ ਉਹਨਾਂ ਨੂੰ ਇਹ ਕਿਹਾ ਕਿਸੇ ਵੱਡੀ ਸ਼ਖਸੀਅਤ ਨੂੰ ਉਹਦੇ ਸਾਹਮਣੇ ਜਾ ਕੇ ਖੜਨਾ ਪਏਗਾ, ਅਤੇ ਉਹ ਵਿਚਾਰੇ ਨਿੰਮੋ ਚੁਣੇ ਹੋ ਕੇ ਬੈਠੇ ਨੇ, ਕੌਣ ਖੜੇਗਾ ਸਾਡੇ ਵਾਸਤੇ? ਉਦੋਂ ਕਹਿੰਦੇ ਨੇ 9 ਸਾਲ ਦੀ ਉਮਰ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਗੋਬਿੰਦ ਰਾਏ, ਸਾਹਿਬਜ਼ਾਦਾ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਆਉਂਦੇ ਨੇ ਅਤੇ ਆ ਕੇ ਸਾਰੀ ਬਾਤ ਪੁੱਛਦੇ ਨੇ। ਅਤੇ ਜਦੋਂ ਪਿਤਾ ਜੀ ਨੂੰ ਪੁੱਛਦੇ ਨੇ, ਪਿਤਾ ਜੀ, ਅਤੇ ਉਹ ਕਹਿੰਦੇ ਨੇ ਵੀ ਇਹਨਾਂ ਦੇ ਹੱਕ 'ਚ ਕੁਰਬਾਨੀ ਕਰਨੀ ਪਏਗੀ, ਬਹੁਤ ਵੱਡੀ ਉਸ ਰੂਪ ਦੀ ਤਾਂ ਬਾਤ ਬਣੇਗੀ। ਅਤੇ ਉਹ ਕਹਿੰਦੇ, ਫਿਰ ਪਿਤਾ ਜੀ ਠੀਕ ਹੈ, ਜੇ ਇਸ ਰੂਪ ਦੇ ਵਿੱਚ ਹਿਰਸ ਲੈ ਕੇ ਆਏ ਨੇ, ਇਹਨਾਂ ਦੀ ਹਿਰਸ ਨੂੰ ਫੁੱਲ ਪਾ ਦਿਓ, ਤੁਸੀਂ ਜਾਓ। ਜਿਵੇਂ ਹੀ ਇਹ ਬਾਤ ਕਹਿੰਦੇ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਠੀਕ ਹੈ। ਸੰਗਤ ਦੇ ਜੀਵ ਵੀ ਆਲੇ ਦੁਆਲੇ ਸੁਣਦੇ ਨੇ, ਉਹ ਕਹਿੰਦੇ ਕਮਾਲ ਹੈ, 9 ਵਰੇ ਦਾ ਬਾਲਕ ਆ, ਇਹਨੂੰ ਅਹਿਸਾਸ ਨਹੀਂ ਇਸ ਗੱਲ ਦਾ, ਗੱਲ ਕੀ ਕੀਤੀ ਹੈ? ਤੇ ਪੁੱਛਦੇ ਵੀ ਨੇ, ਇਤਿਹਾਸਕ ਗ੍ਰੰਥਾਂ ਸਾਡੇ 'ਚ ਬਚਨ ਲਿਖੇ ਨੇ, ਤੇ ਪੁੱਛਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਮਹਾਰਾਜ ਬੱਚੇ ਦੀ ਬਾਤ ਹੈ, ਸਾਹਿਬਜ਼ਾਦੇ ਦੀ ਬਾਤ ਹੈ, ਤੁਸੀਂ ਕਿਹੜੀ ਗੱਲ ਕਰ ਰਹੇ ਹੋ? ਅਤੇ ਮਹਾਰਾਜ ਕਹਿੰਦੇ, ਮੈਨੂੰ ਕਿਉਂ ਪੁੱਛ ਰਹੇ ਹੋ? ਬੱਚੇ ਨੂੰ ਪੁੱਛੋ ਜਿਹਨੇ ਕਿਹਾ, ਤੁਸੀਂ ਪਤਾ ਤੁਸੀਂ ਕੀ ਕਹਿ ਰਹੇ ਹੋ? 9 ਵਰੇ ਦੀ ਅਰਬਲਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਹਿਬਜ਼ਾਦਾ ਗੋਬਿੰਦ ਰਾਜ ਪੁੱਛਿਆ ਜਾਂਦਾ, ਤੁਹਾਨੂੰ ਪਤਾ ਤੁਸੀਂ ਕਹਿ ਰਹੇ ਹੋ? ਮਹਾਰਾਜ ਕਹਿੰਦੇ, ਹਾਂ ਮੈਂ ਕੀ ਕਹਿ ਰਿਹਾ, ਮੈਨੂੰ ਪਤਾ। ਇਹ ਗੁਰੂ ਸਾਹਿਬ ਨੂੰ ਜਦੋਂ ਮੇਰੇ ਪਿਤਾ ਜੀ ਜਾਣਗੇ,
ਉਹ ਬਾਦਸ਼ਾਹ ਦੇ ਕੋਲ ਅਤੇ ਉਹ ਇਹਨਾਂ ਨੂੰ ਸ਼ਹੀਦ ਕਰ ਦੇਗਾ, ਮੈਂ ਪਿਤਾ ਦੇ ਪਿਆਰ ਤੋਂ ਮਹਿਰੂਮ ਹੋ ਜਾਵਾਂਗਾ, ਮੈਨੂੰ ਪਤਾ ਇਸ ਗੱਲ ਦਾ। ਉਹ ਕਹਿੰਦੇ ਕਮਾਲ ਹੈ, ਤੈਨੂੰ ਪਿਤਾ ਦੀ ਲੋੜ ਨਹੀਂ ਗੀ, ਤੈਨੂੰ ਪਿਤਾ ਦਾ ਕਮੀ ਨਹੀਂ ਮਹਿਸੂਸ ਹੋਏਗੀ। ਉੱਥੇ ਇਤਿਹਾਸਕ ਗ੍ਰੰਥਾਂ ਦੇ ਬੋਲ ਨੇ, ਜਬ ਹੁਤੇ ਮਾਂ ਗਰਭ ਮੈਂ ਕਰੈ ਰਖਵਾਈ ਜੋਏ। ਨੋ ਡਾਊਟ ਮਾਂ ਅਤੇ ਪਿਤਾ ਦੇ ਬਾਇਓਲੋਜੀਕਲ ਐਕਟ ਤੋਂ ਜੀਵਨ ਸ਼ੁਰੂ ਹੁੰਦਾ ਆ, ਪਰ ਜਿਸ ਵਕਤ ਇੱਕ ਵਾਰੀ ਸ਼ੁਰੂਆਤ ਹੋ ਗਈ ਉਸ ਤੋਂ ਬਾਅਦ ਪਿਤਾ ਦਾ ਕੋਈ ਰੋਲ ਨਹੀਂ, ਮਾਂ ਦੀ ਹੀ ਸਿਹਤ, ਮਾਂ ਦਾ ਹੀ ਸਭ ਕੁਝ, ਹੱਡ ਮਾਸ ਲਹੂ ਮਿਜ ਢਲ ਕੇ ਬੱਚੇ ਨੇ ਜਨਮ ਲੈਣਾ ਹੈ। ਇਹ ਬਾਪ ਕੀ ਰੋਲ ਪਲੇ ਕਰੇਗਾ ਉੱਥੇ? ਬਾਬਾ ਜੀ ਕਹਿੰਦੇ ਜਦੋਂ ਮਾਂ ਦੇ ਗਰਭ ਦੇ ਵਿੱਚ ਜੀਵਨ ਚੱਲ ਰਿਹਾ ਸੀ ਉਦੋਂ ਕੌਣ ਰਾਖਾ ਸੀਗਾ? ਉਦੋਂ ਕੌਣ ਸੀਗਾ? ਉਦੋਂ ਤਾਂ ਵਾਹਿਗੁਰੂ ਰਾਖਾ ਸੀਗਾ ਨਾ। ਜਬ ਹੁਤੇ ਮਾਂ ਗਰਭ ਮੈਂ ਕਰੇ ਰਖਵਾਈ ਜੋਏ, ਅਬ ਤੋਂ ਭਏ ਕਈ ਬਰਸ ਕੇ ਕਿਉਂ ਨਾ ਸਹਾਈ ਹੋਏ। ਹੁਣ ਤਾਂ ਕਈ ਵਰਿਆਂ ਦੀ ਅਰਬਲਾ ਹੋ ਗਈ ਹੈ। ਮੇਨ ਸਮਝਾ ਦਿੱਤਾ ਗਿਆ ਸੀਗਾ ਮਾਂ ਬਾਪ ਦੁਆਰਾ, ਸਾਨੂੰ ਵਾਹਿਗੁਰੂ ਨੇ ਡਿਊਟੀ ਦਿੱਤੀ, ਅਸੀਂ ਆਪਣੀ ਡਿਊਟੀ ਨਿਭਾ ਦੇਣ ਲੱਗੇ ਹਾਂ। ਅਸਲ ਵਿੱਚ ਮਾਤਾ ਪਿਤਾ ਸਾਡਾ ਵਾਹਿਗੁਰੂ ਹੈ, ਉਹਨੂੰ ਵੰਗ ਸੰਗ ਸਮਝਣਾ, ਤਾਂ ਬਾਤ ਤੁਰਦੀ ਹੈ ਅੱਗੇ। ਇਹ ਹੈ ਐਕਚੁਅਲ ਲੈਵਲ 'ਤੇ ਰਿਲੇਸ਼ਨਸ਼ਿਪ ਸਾਡੀ ਉਸ ਸਪਿਰਿਚੁਅਲ ਸਾਈਡ 'ਤੇ। ਜਦੋਂ ਅਸੀਂ ਧੰਨਵਾਦਤਾ ਦੀ ਗੱਲ ਕਰਦੇ ਹਾਂ ਨਾ, ਘਰਾਂ ਦੇ ਵਿੱਚ ਮੈਂ ਦੇਖਦਾ ਵਾਂ ਮਾਂ ਬਾਪ ਨਾ ਕਿਵੇਂ ਖਿੱਚੋਤਣ ਕਰ ਰਹੇ ਹੁੰਦੇ ਨੇ। ਮਾਂ ਕਹਿੰਦੀ ਮੇਰਾ ਧੰਨਵਾਦੀ ਬੱਚਾ ਜ਼ਿਆਦਾ ਬਣ ਜੇ, ਬਾਪ ਕਹਿੰਦੇ ਨਹੀਂ ਨਹੀਂ ਮੇਰਾ ਧੰਨਵਾਦੀ ਜ਼ਿਆਦਾ ਬਣ ਜੇ। ਇੱਥੋਂ ਹੀ ਬੱਚੇ ਜਿਹੜੇ ਨੇ ਫਿਰ ਉਹਨਾਂ ਦੇ 'ਚ ਇੱਕ ਅਜੀਬ ਤਰ੍ਹਾਂ ਦੀ ਕਹਿ ਲਓ ਸਪੋਇਲ ਹੁੰਦੇ ਨੇ। ਇਹ ਮੋਸਟਲੀ ਘਰਾਂ 'ਚ ਹੁੰਦਾ, ਇਹ ਮਤਲਬ ਮੰਜ਼ਰ ਰੋਜ਼ ਕਰਦੇ ਹਾਂ ਕਾਉਂਸਲਿੰਗ ਦੇ ਵਿੱਚ। ਜੇ ਇਹਦੇ ਬਿਲਕੁਲ ਓਪੋਜ਼ਿਟ ਇਹ ਆ ਜਾਏ ਕਿ ਮਾਂ ਬਾਪ ਦੋਨੋਂ ਕਹਿਣ ਵੀ ਦੇਖ ਪੁੱਤ ਸਾਡੀ ਡਿਊਟੀ, ਅਸੀਂ ਵਾਹਿਗੁਰੂ ਦੀ ਡਿਊਟੀ ਵਿੱਚ ਆ ਰਹੇ ਹਾਂ ਅਤੇ ਅਲਟੀਮੇਟਲੀ ਅਸਲ ਵਿੱਚ ਰਾਖਾ ਸਾਡਾ ਵੀ ਅਤੇ ਤੇਰਾ ਵੀ ਉਹੀ ਹੈ। ਇੱਥੋਂ ਇੱਕ ਨੈਕਸਟ ਚੈਪਟਰ 'ਤੇ ਆ ਜਾਂਦੇ ਹਾਂ ਅਸੀਂ। ਇੱਕ ਸਪਿਰਿਚੁਅਲ ਐਂਗਲ ਆ ਜਿਹੜਾ ਅੱਜ ਦੇ ਇਸ ਮਾਡਰਨ ਸੋਸਾਇਟੀ ਦੇ, ਜਿਹਨੂੰ ਅਸੀਂ ਬੜੀ ਮਾਈਕਰੋ ਮੈਨੇਜ ਕਰਕੇ ਫੈਮਿਲੀ ਲਾਈਫ ਅਤੇ ਸੋਸ਼ਲ ਲਾਈਫ ਜੀਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਦੇ 'ਚ ਮਾਈਨਸ ਹੋ ਗਿਆ ਅਤੇ ਬੰਦਾ ਅੱਕ ਚੱਲਾ ਆ, ਥੱਕ ਚੱਲਾ ਆ। ਘਰਾਂ ਥਾਵਾਂ ਦੇ ਵਿੱਚ ਜਦੋਂ ਬੱਚਿਆਂ ਦੀ ਕੇਅਰ ਕਰਦੇ ਹੋਏ ਮਾਪਿਆਂ ਨੂੰ ਦੇਖਦੇ ਨੇ ਨਾ ਬੱਚੇ, ਅਤੇ ਬੱਚੇ ਛੋਟੇ ਹੁੰਦੇ ਹੀ ਇਹ ਆਈਡੀਆ ਲੈ ਲੈਂਦੇ ਨੇ ਵੀ ਯੂਨੋ ਮੈਂ ਇੱਕ ਚੀਜ਼ ਦੀ ਪੱਕੀ ਤਸੱਲੀ ਕਰਦਾ ਵੀ ਆਈ ਐਮ ਨੋਟ ਗੋਇੰਗ ਟੂ ਲਿਵ ਫੈਮਿਲੀ ਲਾਈਫ, ਦਿਸ ਇਜ਼ ਟੂ ਹਾਰਡ, ਦੇਅਰ ਲਾਈਫ ਇਜ਼ ਲਾਈਕ ਹੈਲ, ਪੀਪਲ ਯੂਜੂਲੀ ਸੇ ਲਾਈਕ ਦੈਟ। ਉਹ ਕਹਿੰਦੇ ਨਾ ਨਾ ਤਾਂ ਹੋ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਉਹਨਾਂ 'ਤੇ ਲੋਡ ਹੀ ਇੰਨਾ ਜ਼ਿਆਦਾ ਹੈ, ਉਹ ਇੰਨਾ ਵਜ਼ਨ ਮੋਢਿਆਂ 'ਤੇ ਚੱਕ ਕੇ ਬੈਠੇ ਨੇ, ਉਹ ਕਹਿੰਦੇ ਤਾਂ ਹੋ ਹੀ ਨਹੀਂ ਸਕਦਾ। ਅਤੇ ਬਾਬਾ ਜੀ ਕਹਿੰਦੇ ਅਸੀਂ ਤਾਂ ਵਾਹਿਗੁਰੂ 'ਤੇ ਭਰੋਸਾ ਕਰਕੇ ਅਲਟੀਮੇਟਲੀ ਉਸ ਬੱਚੇ ਦੀ ਸੁਰਤ 'ਚ ਉਸ ਚੀਜ਼ ਨੂੰ ਪਾ ਦੇਣਾ, ਇਹੀ ਹੈ। ਅਦਰਵਾਈਜ਼ ਅੱਜ ਅਸੀਂ ਬੜਾ ਕਹਿੰਦੇ ਹਾਂ ਚਿੰਤਾ ਫਿਕਰ, ਇਸ ਸਾਰੇ ਦੇ ਨਾਮ ਬਦਲ ਗਏ ਅੰਗਰੇਜ਼ੀ ਜ਼ਬਾਨ ਦੇ ਵਿੱਚ। ਸਟ੍ਰੈਸ ਕੀ ਹੈ, ਐਂਗਜ਼ਾਇਟੀ ਕੀ ਹੈ, ਜਿਹੜਾ ਓਵਰ ਥਿੰਕਿੰਗ ਕੀ ਹੈ। ਬਾਣੀ ਦਾ ਪਤਾ ਅਸੀਂ ਪੜ੍ਹਦੇ ਹਾਂ ਨਾਨਕ ਚਿੰਤਾ ਮਤ ਕਰੋ, ਮੈਂ ਪੜ੍ਹ ਰਿਹਾ ਹਾਂ ਮਹਾਰਾਜ ਕਿਉਂ ਨਾ ਕਰਾਂ ਚਿੰਤਾ ਤਿਸ ਹੀ ਹੈ। ਹੁਣ ਤਿਸ ਹੀ ਜਿਹੜਾ ਪ੍ਰੋਨਾਊਨ ਆ, ਇਹ ਹੁਣ ਪ੍ਰੋਨਾਊਨ ਕੀ ਹੈ, ਕੋਈ ਸ਼ਕਲ ਸੂਰਤ ਹੈ ਨਹੀਂ ਉਸ ਪ੍ਰੋਨਾਊਨ ਦੀ, ਉਹ ਪੜਨਾਮ ਕੋਈ ਸ਼ਕਲ ਸੂਰਤ ਥੋੜ੍ਹਾ ਆ, ਜਿਹਦਾ ਪਹਿਲਾਂ ਨਾਂ ਸੀਗਾ ਅਤੇ ਹੁਣ ਉਹਦਾ ਪੜਨਾਮ ਤਿਸ ਯੂਜ਼ ਕੀਤਾ ਗਿਆ। ਇੱਥੇ ਇੱਕ ਬਹੁਤ ਹਾਇਰ ਲੈਵਲ ਤੱਕ ਤਸੱਵੂਰ ਆ ਜਿਹੜਾ ਸੁਰਤ 'ਚ ਆਉਣਾ ਆ, ਅਤੇ ਬੜੇ ਰੈਸ਼ਨਲ ਸਾਈਡ ਤੋਂ ਆਉਣਾ ਆ। ਇਹ ਨਹੀਂ ਆ ਕਿਸੇ ਤੁਸੀਂ ਐਵੇਂ ਮਤਲਬ ਹਵਾ ਦੇ ਵਿੱਚ ਆ ਰਿਹਾ, ਮਹਾਰਾਜ ਨੇ ਉਹਦੀ ਬਾਤ ਕੀਤੀ ਹੈ। ਬਾਬਾ ਜੀ 'ਚ ਜਿਹੜਾ ਬਿਆਨ ਕਰਦੇ ਕਹਿੰਦੇ ਤੁਧ ਜੇਵੜ ਮੈਂ ਹੋਰ ਕੋ ਦਿਸ ਨਾ ਆਵਈ, ਮੈਨੂੰ ਹੋਰ ਕੋਈ ਤੇਰੀ ਰਿਪਲੇਸਮੈਂਟ ਤੇਰੇ ਇਸ ਸਕੂਲ ਆਫ ਥਾਟ ਦੇ ਬਿਨਾਂ ਕੁਝ ਹੋਰ ਨਜ਼ਰ ਨਹੀਂ ਪੈਂਦੀ ਚੀਜ਼। ਤੂੰ ਹੈ ਸੁਗੜ ਮੇਰਾ ਮਨ ਭਾਣਾ, ਹੁਣ ਤੂੰ ਸੁਗੜ ਇਹ ਸਕੂਲ ਆਫ ਥਾਟ ਜਿਹੜਾ ਆ ਬਹੁਤ ਸਿਆਣਾ ਮੇਰੇ ਮਨ ਨੂੰ ਭਾ ਗਿਆ ਆ, ਮੈਨੂੰ ਚੰਗਾ ਲੱਗ ਗਿਆ ਆ। ਪਹਿਲਾਂ ਆਈਡੀਆ ਚੰਗਾ ਲੱਗਦਾ, ਉਸ ਆਈਡੀਏ ਦੇ ਨਾਲ ਹੀ ਫਿਰ ਅਗਲੀ ਚੀਜ਼ ਵਧਦੀ ਵਧੀ ਵਧੀਆ ਲੱਗਦੀ ਹੈ।
ਇੱਕ ਬੰਦਾ ਆ, ਉਹਨੂੰ ਕੋਈ ਕਹਿੰਦਾ ਆ ਨਸ਼ਾ ਪੀਣਾ, ਆਹ ਕੰਮ ਕਰਨੇ, ਪੁੱਠੇ ਕੰਮ ਕਰਨੇ, ਉਹਨੂੰ ਭਾ ਜਾਂਦੇ, ਉਹ ਕਰਨ ਲੱਗ ਜਾਂਦਾ। ਇੱਕ ਬੰਦਾ ਆ, ਉਹ ਕਹਿੰਦਾ ਜੋ ਮਰਜ਼ੀ ਹੋ ਜਾਵੇ ਆਹ ਪੁੱਠੇ ਕੰਮ ਨਹੀਂ ਕਰਨੇ, ਉਹਨੂੰ ਭਾ ਜਾਂਦੇ ਨਹੀਂ, ਉਹ ਭਾ ਜਾਂਦੀ ਗੱਲ, ਉਹ ਕਹਿੰਦਾ ਉਹਨੂੰ ਆਹ ਗੱਲ ਭਾ ਗਈ, ਆਪਾਂ ਆਹ ਕੰਮ ਨਹੀਂ ਕਰਨਾ। ਭਾ ਤੁਹਾਨੂੰ ਭਾ ਕਿਹੜੀ ਗਈ ਚੀਜ਼, ਤੁਹਾਨੂੰ ਕਿਹੜੀ ਚੀਜ਼, ਤੁਹਾਡੀ ਤੁਹਾਡੀ ਸੁਰਤ ਕਿਹੜੀ, ਕਿਸ ਕਿਹਦੀ ਗ੍ਰਿਫਤ 'ਚ ਆ ਗਈ। ਬਾਬਾ ਜੀ ਕਹਿੰਦੇ ਹੁਣ ਮੇਰੀ ਹਾਲਤ ਇਹ ਬਣ ਗਈ ਕਿ ਮੈਂ ਹੋਰ ਕਿਸੇ ਪਾਸੇ ਮੇਰਾ ਚਿੱਤ ਨਹੀਂ ਜਾ ਰਿਹਾ। ਤੂੰ ਹੈ ਸੁਗੜ ਮੇਰਾ ਮਨ ਭਾਣਾ, ਮੋਹ ਕੁਟੰਬ ਦਿਸ ਆਵੰਦਾ। ਜਿਹੜੀ ਚੀਜ਼ ਸਾਨੂੰ ਬਹੁਤ ਜ਼ਿਆਦਾ ਦਿਸਦੀ ਹੈ, ਮੋਹ ਕੁਟੰਬ, ਇਹ ਸਾਡਾ ਕੁਟੰਬ ਪਰਿਵਾਰ ਹੈ ਸਾਰਾ, ਅਤੇ ਅਸੀਂ ਸਾਚ ਸੋਚਦੇ ਹਾਂ ਇੱਥੋਂ ਹੀ ਸਾਨੂੰ ਸਾਰੀ ਗ੍ਰੈਟੀਫਿਕੇਸ਼ਨ ਆਉਣੀ ਹੈ, ਦੈਟ ਇਜ਼ ਮਾਈ ਅਲਟੀਮੇਟ ਗੋਲ। ਇਸੇ ਕਰਕੇ ਸਾਰੀ ਐਨਰਜੀ ਬੰਦਾ ਇੱਥੇ ਲਾ ਦਿੰਦਾ, ਐਟ ਦਾ ਐਂਡ ਬੜਾ ਹਾਰਿਆ ਹੋਇਆ ਮਹਿਸੂਸ ਕਰਦਾ ਆ। ਇਹਦਾ ਜਦ ਅਸੀਂ ਮੰਜ਼ਰ ਦੇਖਦੇ ਹੋ, ਰਿਥ ਅੰਕਲ ਨੇ ਬੜੇ ਪਿਆਰੇ ਕਿਹਾ ਕਿ ਬਸ ਵਾਇੰਡ ਅਪ ਕਰ ਦੇਣਾ ਵਾ, ਕੋਵਿਡ ਟਾਈਮ ਦੇ ਵਿੱਚ ਰਿਟਾਇਰਮੈਂਟ ਨਹੀਂ ਸੀ ਲੈ ਰਹੇ, ਮਤਲਬ ਅਜੇ ਵੀ 70 ਕ੍ਰੋਸ ਕਰਕੇ ਕਹਿੰਦੇ ਨਹੀਂ ਨਹੀਂ ਮੈਂ ਤਕੜਾ ਹਾਂ, ਐਡਾ ਮੋਟਾ ਚੈੱਕ ਆਉਂਦਾ ਆ, ਮਸਾਂ ਤਾਂ ਇੱਥੋਂ ਤੱਕ ਜੋਬ 'ਤੇ ਪਹੁੰਚੇ ਹਾਂ, ਕੋਵਿਡ ਹੋ ਗਿਆ, ਕੋਵਿਡ ਹੋ ਗਿਆ, ਅਤੇ ਅਲਟੀਮੇਟਲੀ ਡੈਫੀਨੇਟਲੀ ਏਜ ਵੀ ਹੈ, ਕੁਝ ਇਸ਼ੂਜ਼ ਵੀ ਆ ਗਏ। ਅੱਛਾ, ਬੱਚੇ ਦੋਨੋਂ ਹੀ ਮੈਡੀਕਲ ਪ੍ਰੋਫੈਸ਼ਨਲ ਨੇ, ਅਤੇ ਜਦੋਂ ਹਾਲਤ ਕਾਫੀ ਖਰਾਬ ਹੋ ਗਿਆ, ਐਂਬੂਲੈਂਸ ਕਾਲ ਕੀਤੀ, ਐਂਬੂਲੈਂਸ ਆ ਗਈ, ਜਦੋਂ ਬਾਹਰ ਨਿਕਲਣ ਲੱਗੇ ਨਾ ਘਰ ਦੇ ਵਿੱਚੋਂ, ਅਤੇ ਬੱਚਿਆਂ ਨੇ ਜਦੋਂ ਬਿਹੇਵੀਅਰ ਉਹਨਾਂ ਨੇ ਪ੍ਰੈਕਟੀਕਲੀ ਗੱਲ ਕੀਤੀ, ਉਹ ਕਹਿੰਦੇ ਡੈਡ ਆਨਾ ਆਈਪੈਡ ਆ, ਇਹਦਾ ਵੀ ਪਾਸਵਰਡ ਦੱਸ ਦੇ ਸਾਨੂੰ, ਇਹਦਾ ਵੀ ਦੱਸ ਦੇ, ਇਹਦਾ ਵੀ ਦੱਸ ਦੇ, ਉਹ ਸਾਰੀਆਂ ਜੋ ਚੀਜ਼ਾਂ ਲਿਖਾਈਆਂ ਨਾ, ਉਹ ਕਹਿੰਦਾ ਆਈ ਵਾਸ ਫੀਲਿੰਗ ਮਾਈ ਗੁੱਡਨੈਸ। ਅਖੀਰ ਬਿਲਕੁਲ ਵਿੱਚ ਬੈਠਾ ਜਾ ਕੇ, ਅਤੇ ਮੇਰੀ ਬੇਟੀ ਮੈਨੂੰ ਕੋਲ ਆ ਕੇ ਕਹਿੰਦੀ ਵੀ ਡੈਡ ਹੋਸਪਿਟਲ ਜਾਈਦਾ ਆਪਣੀ ਮਰਜ਼ੀ ਨਾਲ ਆ, ਆਈਦਾ ਉਹਨਾਂ ਦੀ ਮਰਜ਼ੀ ਨਾਲ ਆ। ਦੈਨ ਆਈ ਰਿਅਲਾਈਜ਼ ਹਾਂ ਭਾਈ, ਬਾਬਾ ਜੀ ਦੀ ਬਾਣੀ ਸੱਚੀ ਹੈ, ਇੱਥੇ ਕੋ ਕਾਹੂ ਕੋ ਨਾ ਹੈ, ਅਤੇ ਕੋਈ ਕਿਸੇ ਦਾ ਨਹੀਂ ਹੈਗਾ ਭਾਈ ਇਸ ਰੂਪ ਦੇ। ਕਹਿੰਦੇ ਖੈਰ ਮੈਂ ਉਦੋਂ ਹੀ ਅਹਿਦਨਾਮਾ ਲੈ ਲਿਆ ਜਦੋਂ ਆਏ, ਆਈ ਐਮ ਗੋਇੰਗ ਟੂ ਟੇਕ ਰਿਟਾਇਰਮੈਂਟ ਰਾਈਟ ਵੇ। ਜਿਹੜੇ ਜੀਵਨ ਪਰ ਕਾਰਜ ਨਹੀਂ ਕਰੇ ਹੁਣ ਕਰਨੇ ਉਸ ਰੂਪ ਦੇ। ਬਾਬਾ ਜੀ ਕਹਿੰਦੇ ਮੰਨ ਕੇ ਚੱਲ, ਅਟੈਚਮੈਂਟ ਰੱਖ ਪਰ ਇੱਕ ਡਿਟੈਚਮੈਂਟ ਦੇ ਨਾਲ, ਚੇਤੇ ਰੱਖ ਸਭ ਦੀ ਆਪੋ ਆਪਣੀ ਮੰਜ਼ਲੇ ਮਕਸੂਦ ਆ। ਬਚਨ ਆ ਰਿਹਾ ਇੱਥੇ, ਮੋਹ ਕੁਟੰਬ ਦਿਸ ਆਵਦਾ ਸਭ ਚੱਲਣ ਹਾਰ, ਸਭ ਚਲਾਏਮਾਨ ਕਿਆ ਆਵਣ ਜਾਣਾ, ਇਹਦੇ ਵਿੱਚੋਂ ਹੀ ਆਉਣ ਜਾਣ, ਮੋਹ ਮਾਇਆ ਚ ਸਾਰੀ ਜ਼ਿੰਦਗੀ ਕੱਢ ਦੇਗਾ। ਅਲਟੀਮੇਟਲੀ ਤੂੰ ਇਸ ਜੀਵਨ 'ਚ ਰਹਿੰਦਿਆਂ ਰਹਿੰਦੇ ਆਪਣਾ ਅਗਲਾ ਜੁਗ ਜੁਗ ਮੇਰ ਸਰੀਰ ਦਾ ਵਾਸ਼ਨਾ ਵੱਧਦਾ ਆਵੈ ਜਾਏ, ਆਪਣੀ ਵਾਸ਼ਨਾ ਦੇ ਸਦਕਾ ਅਗਲਾ ਮੇਰ ਬੰਨ ਰਿਹਾ, ਅਗਲਾ ਜਨਮ ਫਿਰ ਸਹੇੜਨ ਵਾਸਤੇ ਤੂੰ ਆਪਣੀ ਸੁਰਤ ਨੂੰ ਤਿਆਰ ਕਰ ਰਿਹਾ, ਉਹਦੀ ਬਾਤ ਕੀਤੀ। ਜੋ ਬਿਨ ਸੱਚੇ ਹੋਰਤ ਚਿੱਤ ਲਾਏ ਦੇ ਸੇ ਕੁੜਿਆਰ ਕੂੜਾ ਤਿੰਨ ਪਾਣਾ, ਜਿਹੜੇ ਸੱਚ ਤੋਂ ਬਿਨਾਂ ਕਿਤੇ ਹੋਰ ਚਿੱਤ ਲਾ ਲੈਂਦੇ ਨਾ, ਬਾਬਾ ਜੀ ਕਹਿੰਦੇ ਕੂੜ ਢੋ ਰਹੇ ਨੇ ਅਤੇ ਕੂੜ ਹੀ ਭਾਉਂਦਾ ਉਹਨਾਂ ਨੂੰ। ਇਸੇ ਲਈ ਸੰਸਾਰ ਦੇ ਵਿੱਚ ਅਸੀਂ ਦੇਖੀਏ ਆਪਣੀ ਮੋਹ ਮਾਇਆ ਦੀ ਵਲਗਣ ਦੇ ਵਿੱਚ ਸਾਨੂੰ ਕਿਸੇ ਦੀ ਪ੍ਰੇਜ਼, ਕਿਸੇ ਦੀ ਤਾਰੀਫ, ਕਿਸੇ ਦੀ ਵਡਿਆਈ, ਕਿਸੇ ਦੀ ਸ਼ੁਭਤਾ, ਕਿਸੇ ਦਾ ਗੁਣ ਬਹੁਤ ਘੱਟ ਦਿਸਦਾ, ਕਿਸੇ ਦੀ ਨਿੰਦਾ, ਕਿਸੇ ਦਾ ਮਾੜਾਪਨ, ਕਿਸੇ ਦੇ ਪ੍ਰਤੀ ਵੈਰ, ਈਰਖਾ, ਦੁਵੈਖ, ਇਹ ਕੂੜ ਹੈ ਸਾਰਾ, ਇਹਦਾ ਸਿਮਰਨ ਚੱਲਦਾ ਸਵੇਰ ਤੋਂ ਸ਼ਾਮ ਤੱਕ। ਬਾਣੀ ਪੜ੍ਹਦਿਆਂ ਵੀ ਮੈਂ ਅੰਦਰ ਕੁਝ ਕੁਰਝਦਾ ਹੋਇਆ ਸੋਚ ਰਿਹਾ ਵਾਂ ਕੀ ਪਾਠ ਕਰ ਰਿਹਾ ਮੈਂ, ਕਿੱਡਾ ਵੱਡਾ ਮੇਰੇ ਨਾਲ ਇਹ ਧਰੋ ਕਰਾਰ ਕਰ ਕਮਾ ਰਿਹਾ ਮੇਰਾ ਮਨ, ਮੈਂ ਬੋਲ ਕੁਛ ਰਿਹਾ ਅੰਦਰ ਕੁਛ ਹੋਰ ਚਲਾ ਰਿਹਾ, ਅਜੀਬ ਹਾਲਤ ਹੈ, ਆਹ ਠੱਗੀ ਹੈ ਸਭ ਤੋਂ ਵੱਧ। ਮਹਾਰਾਜ ਬਿਆਨ ਕਰਦੇ ਇਹ ਜਿਹੜਾ ਕੂੜ, ਇਹ ਜਿਹੜੇ ਇਹਦੇ ਤੋਂ ਬਾਹਰ ਨਿਕਲਣ ਵਾਸਤੇ ਸੋਚ ਬੰਦੇ, ਇਹ ਤੇਰੇ ਉੱਤੇ ਨਾ ਵਾਪਰ ਜੇ। ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਚ ਪਚ ਮੂਏ ਅਜਾਣਾ। ਅਤੇ ਜਿਹੜੇ ਵਿਚਾਰੇ ਅਣਜਾਣ ਨੇ, ਜਿਹਨਾਂ ਨੂੰ ਪਤਾ ਹੀ ਨੀਗਾ, ਉਹ ਇਹਦੇ ਵਿੱਚ ਖੰਚਿਤ ਹੋ ਕੇ ਪਚ ਪਚ ਕੇ ਮਰ ਜਾਂਦੇ ਨੇ। ਹੇ ਨਾਨਕ ਸੱਚ ਧਿਆਏ ਤੂੰ, ਤੂੰ ਧਿਆਨ ਸੱਚ ਵਾਲੇ ਪਾਸੇ ਲੈ ਕੇ ਜਾ, ਹਕੀਕਤ ਵਾਲੇ ਪਾਸੇ ਲੈ ਕੇ ਜਾ, ਰਿਐਲਿਟੀ ਵਾਲੇ ਪਾਸੇ ਲੈ ਕੇ ਜਾ। ਸਾਹਿਬ ਮਿਹਰਾਮਤ ਕਰਨ,
ਇਹਨਾਂ ਆਲਮੀ ਅਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ। ਇਤਨੀਆਂ ਕੁ ਬੇਨਤੀਆਂ ਨਾਲ ਖਿਮਾ। ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਮੂਹ ਨੂੰ ਬਹੁਤ ਸਾਰੀ ਮੁਬਾਰਕਬਾਦ। ਮੁਸਲਸਲ ਇਸ ਖਾਲਸਾਈ ਸਾਜਨਾ ਦਿਵਸ ਵਾਲੇ ਮਹੀਨੇ ਅਤੇ ਸਿੱਖ ਹੈਰੀਟੇਜ ਮੰਥ ਵਿੱਚ ਹਾਜ਼ਰੀ ਭਰੀ ਆਪ ਸੰਗਤ ਦੇ ਅਸੀਸ ਪਿਆਰ ਗੁਰੂ ਮਹਾਰਾਜ ਜੀ ਦਾ ਬੇਤਹਾਸ਼ਾ ਬਖਸ਼ਿਸ਼ਾਂ ਦਾ ਪਾਤਰ ਬਣਿਆ। ਬੜੀ ਖੁਸ਼ੀ ਬੜਾ ਚਾਅ ਰਿਹਾ। ਅੱਜ ਆਖਰੀ ਹਾਜ਼ਰੀ ਹੈ ਇਸ ਮਹੀਨੇ ਦੀ। ਇਸ ਤੋਂ ਬਾਅਦ ਗੁਰਮੁਖ ਸੱਜਣ ਆ ਜਾਣਗੇ, ਮੁਸਲਸਲ ਉਹ ਸੇਵਾ ਕਰਨਗੇ। ਆਈ ਮਾਈਟ ਬੀ ਐਚਲੀ ਜੇ ਜੀਵਨ ਚੱਲਦਾ ਰਿਹਾ ਅਤੇ ਉਸ ਰੂਪ ਦੇ ਵਿੱਚ ਕੁਝ ਮਹੀਨਿਆਂ ਬਾਅਦ ਤੁਹਾਡੇ ਦੀਦਾਰ ਪਾਉਣ ਦੀ ਕੋਸ਼ਿਸ਼ ਕਰਾਂਗਾ। ਹੁਣ ਵਾਸਤੇ ਸਮਾਪਤੀ। ਜਿਹੜੀ ਸੰਗਤ ਔਨਲਾਈਨ ਸਾਨੂੰ ਸੁਣ ਰਹੀ ਹੈ, ਬੜੀ ਜਲਦੀ ਅਸੀਂ ਉਹਨਾਂ ਨੂੰ ਅਨਾਊਂਸ ਕਰ ਦਿਆਂਗੇ ਕਿ ਨੈਕਸਟ ਹਾਜ਼ਰੀ ਕਿੱਥੇ ਹੋਏਗੀ। ਜੇ ਅਸੀਂ ਖੁਦ ਦੇਖਣਾ ਹੋਏ, itscounseling.org ਸਾਡੀ ਵੈਬਸਾਈਟ ਆ। ਯੂਟਿਊਬ ਚੈਨਲ 'ਤੇ ਸਾਡੇ ਜਿਹੜੇ ਲਗਾਤਾਰ ਪ੍ਰੋਗਰਾਮਸ ਚੱਲਦੇ ਰਹਿਣਗੇ, ਮੈਂਟਲ ਹੈਲਥ ਰਿਲੇਟਡ ਵੀ ਅਤੇ ਦੂਸਰੇ ਵੀ। ਜੇ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਡੂ ਸਬਸਕ੍ਰਾਈਬ ਆਵਰ ਚੈਨਲ ਗੁਲਜ਼ਾਰ GULJAR ਸਪੇਸ ਸਿੰਘ ਦੈਨ ਹਾਈਫਨ ਸਿੱਖੀ, ਇਹ ਹੈਗਾ ਆ। ਅਤੇ ਉਹਦੇ 'ਤੇ ਤੁਹਾਨੂੰ ਫਿਰ ਅਗਲੀ ਅਪਡੇਟਸ ਵਗੈਰਾ ਹੁੰਦੀ ਰਹੇਗੀ। ਥੈਂਕ ਯੂ ਵੈਰੀ ਮੱਚ ਮਹਾਰਾਜ ਤਰਸਕਰਨ, ਸਾਡੇ ਓਨਟੈਰੀਓ ਖਾਲਸਾ ਦਰਬਾਰ ਦੇ ਪ੍ਰਬੰਧਕ ਸੱਜਣ ਸੇਵਾਦਾਰ, ਰਾਤ ਦਿਨ ਪੂਰੀ ਮੁਸ਼ੱਕਤ ਕਰਕੇ ਹਰ ਤਰੀਕੇ ਦੇ ਨਾਲ ਸੰਗਤਾਂ ਨੂੰ ਜਿਹੜਾ ਫੈਸਿਲੀਟੇਟ ਕਰਨ ਵਾਸਤੇ ਐਫਰਟ ਪਾ ਰਹੇ ਨੇ, ਉਹਨਾਂ ਨੂੰ ਸਿਹਤਯਾਬੀ ਬਖਸ਼ੇ ਮਾਲਕ। ਸਾਡੇ ਸਟਾਫ ਸਾਰਾ ਜਿਹੜਾ ਹੈਗਾ ਮਿਹਨਤ ਕਰਦਾ ਆ, ਆਪ ਸੰਗਤ ਹਮੇਸ਼ਾ ਗੁਰੂ ਮਹਾਰਾਜ ਦੇ ਹਜ਼ੂਰ ਬੜੀ ਸ਼ਰਧਾ ਆਸਥਾ ਨਾਲ ਆਉਂਦੇ ਹੋ। ਅਤੇ ਕੋਟਾਨਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਸਭ ਕੁਛ ਨਵਾਜਿਆ। ਸ਼ੋਰ ਅਨ ਹੋ ਰਿਹਾ ਸਾਰੇ ਦਾ ਸਾਰਾ। ਰਾਗੀ ਵੀਰ ਅਗਲੀ ਸੇਵਾ ਲੈ ਕੇ ਹਾਜ਼ਰ ਹੋ ਰਹੇ ਨੇ। ਮੈਨੂੰ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।